ਕਰੀਏ ਦਿਲ ਦੀਆਂ ਗੱਲਾਂ ਦਾ ਮੇਜ਼ਬਾਨ ਕੁਲਮੂਨ ਸਿੰਘ ਰਾਜਸਥਾਨ ਸੀ ਹਰ ਐਪੀਸੋਡ ਦੇ ਵਿਚਕਾਰ ਇੱਕ ਨਾ ਇੱਕ ਮਹਿਮਾਨ ਨੂੰ ਤੁਹਾਡੇ ਕੋਲ ਲੈ ਕੇ ਆਉਣਾ ਔਰ ਕੋਸ਼ਿਸ਼ ਇਹੀ ਕਰਦੇ ਹਾਂ ਕਿ ਮਹਿਮਾਨ ਦੇ ਬਾਰੇ ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਹਾਂ ਕਿ ਜਿਹੜਾ ਆਪਣੇ ਜ਼ਿੰਦਗੀ ਦੇ ਐਕਸਪੀਰੀਅੰਸ ਤੋਂ ਤੁਹਾਡੇ ਨਾਲ ਕੁਛ ਨਾ ਕੋਈ ਗੱਲਾਂ ਆਪਣੀਆਂ ਸਾਂਝੀਆਂ ਕਰਨ ਔਰ ਉਸ ਪ੍ਰੋਗਰਾਮ ਦਾ ਨਾਮ ਤੁਸੀਂ ਜਾਣਦੇ ਹੋ ਕਰੀਏ ਦਿਲ ਦੀਆਂ ਗੱਲਾਂ ਅੱਜ ਦੇ ਜਿਹੜਾ ਸਾਡਾ ਵਿਸ਼ਾ ਹੈ ਸੇਵਾ ਤੇ ਸਮਰਪਣ ਕਿਉਂਕਿ ਸੇਵਾ ਔਰ ਸਮਰਪਣ ਦੋਵੇਂ ਇੱਕ ਦੂਜੇ ਨਾਲ ਐਸੀਆਂ ਜੁੜੀਆਂ ਚੀਜ਼ਾਂ ਨੇ ਕਿ ਬਿਨਾਂ ਸਮਰਪਣ ਤੋਂ ਸੇਵਾ ਨਹੀਂ ਹੋ ਸਕਦੀ ਔਰ ਸੇਵਾ ਬਗੈਰ ਸਮਰਪਣ ਪੈਦਾ ਨਹੀਂ ਹੁੰਦਾ ਇਹ ਦੋ ਚੀਜ਼ਾਂ ਜਿਹੜੀਆਂ ਬਹੁਤ ਅਹਿਮ ਨੇ ਜਿਹੜੀਆਂ ਕਿ ਜ਼ਿੰਦਗੀ ਦੇ ਵਿਚਕਾਰ ਇਨਸਾਨੀ ਜ਼ਿੰਦਗੀ 'ਚ ਆਉਣੀਆਂ ਜ਼ਰੂਰੀ ਨੇ ਸੋ ਜਦੋਂ ਇਹਨਾਂ ਦੇ ਵਿੱਚੋਂ ਦੋਨੋਂ ਚੀਜ਼ਾਂ ਵਾਰੀ ਵਾਰੀ ਪ੍ਰਵੇਸ਼ ਕਰਦੀਆਂ ਤਾਂ ਫਿਰ ਇਨਸਾਨ ਆਪਣੇ ਮਨ 'ਚ ਸੋਚਦਾ ਕਿ ਮੈਂ ਉਸ ਅਕਾਲ ਪੁਰਖ ਦੀ ਦਿੱਤੀ ਹੋਈ ਸਿੱਖਿਆ ਮਨੁੱਖਤਾ ਦੀ ਸੇਵਾ ਜਿਹੜੀ ਹੈ ਉਹਦੇ 'ਚ ਆਪਣਾ ਜੀਵਨ ਗੁਜ਼ਾਰਾਂ ਜਿਹੜੀ ਸ਼ਖਸੀਅਤ ਨਾਲ ਅੱਜ ਆਪਾਂ ਮੇਲ ਕਰਨ ਜਾ ਰਹੇ ਹਾਂ ਸੱਚ ਜਾਣਿਓ ਜਿੱਦਾਂ ਮੈਂ ਪਹਿਲਾਂ ਵੀ ਕਹਿੰਦਾ ਕਿ ਸਾਨੂੰ ਇਹਨਾਂ ਸ਼ਖਸੀਅਤਾਂ 'ਚ ਜਿੱਥੇ ਲੱਭਣ ਵਿਚਕਾਰ ਤੁਹਾਡਾ ਸਹਿਯੋਗ ਮਿਲਦਾ ਉੱਥੇ ਇਹ ਸ਼ਖਸੀਅਤਾਂ ਜਿਹੜੀਆਂ ਨੇ ਬੜੇ ਔਖੇ ਤਰੀਕੇ ਨਾਲ ਲੱਭਦੀਆਂ ਨੇ ਸੋ ਕਈ ਵਾਰੀ ਤਾਂ ਤਿਆਰ ਵੀ ਹੋ ਜਾਂਦੀਆਂ ਗੱਲ ਕਰਨ ਨੂੰ ਅਤੇ ਕਈ ਵਾਰੀ ਨਹੀਂ ਵੀ ਹੁੰਦੀਆਂ ਲੇਕਿਨ ਫਿਰ ਵੀ ਅਸੀਂ ਆਪਣਾ ਫਰਜ਼ ਨਿਭਾ ਦਿੰਦੇ ਹਾਂ ਪਰ ਜਿਹੜਾ ਸਾਨੂੰ ਹਾਂ ਕਰਦਾ ਉਹਦਾ ਹਾਂ ਪੱਖੇ ਹੁੰਗਾਰਾ ਮਿਲਦਾ ਫਿਰ ਅਸੀਂ ਤੁਹਾਡੇ ਨਾਲ ਕਰਦੇ ਹਾਂ ਦਿਲ ਦੀਆਂ ਗੱਲਾਂ ਸੋ ਅੱਜ ਦੇ ਮਹਿਮਾਨ ਨੇ ਸਰਦਾਰ ਹਰਭਜਨ ਸਿੰਘ ਜੀ ਅਟਵਾਲ ਜਿਹੜੇ ਕਿ ਨਿਊ ਵੈਸਟ ਮਿਨਿਸਟਰ ਬ੍ਰਿਟਿਸ਼ ਕੋਲੰਬੀਆ ਦੇ ਵਿਚਕਾਰ ਜਿਹੜਾ ਗੁਰਦੁਆਰਾ ਸਾਹਿਬ ਹੈ ਗੁਰੂ ਨਾਨਕ ਸਿੱਖ ਸੁਸਾਇਟੀ ਜਿਹੜੀ ਹੈ ਉਸ ਦੇ ਵੀ ਪ੍ਰਧਾਨ ਨੇ ਔਰ ਗੁਰਦੁਆਰਾ ਸਾਹਿਬ ਦੇ ਵੀ ਪ੍ਰਧਾਨ ਨੇ ਅੱਗੇ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਅਸੀਂ ਸਾਰੀਆਂ ਦਿਲ ਦੀਆਂ ਗੱਲਾਂ ਕਰਾਂਗੇ ਸੋ ਜ਼ਿੰਦਗੀ ਕਿੱਦਾਂ ਸਫ਼ਰ ਤੈਅ ਕੀਤਾ ਕਿਵੇਂ ਕੀ ਕੀਤਾ ਕਿਵੇਂ ਕਿਵੇਂ ਅੱਜ ਜ਼ਿੰਦਗੀ ਦੇ ਸੇਵਾਵਾਂ ਨੂੰ ਕਰਦਿਆਂ ਹੋਇਆਂ ਇੱਥੋਂ ਤੱਕ ਪੁੱਜੇ ਨੇ ਸਰਦਾਰ ਹਰਭਜਨ ਸਿੰਘ ਜੀ ਅਟਵਾਲ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਫਤਿਹ ਸਭ ਤੋਂ ਪਹਿਲਾਂ ਭਾਈ ਸਾਹਿਬ ਕਲਮੋਹਨ ਸਿੰਘ ਜੀ ਅਤੇ ਚੜ੍ਹਦੀ ਕਲਾ ਟਾਈਮ ਟੀ ਵੀ ਨੌਰਥ ਅਮਰੀਕਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਸੀਂ ਮੈਨੂੰ ਆਪਣੇ ਅੱਜ ਆਪਦੇ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਹੈਗਾ ਅਤੇ ਮੈਂ ਆਪਣੇ ਨਾਲ ਸਾਂਝ ਪਾ ਰਿਹਾ ਜੀ ਅਤੇ ਦੁਬਾਰਾ ਫਿਰ ਖਾਲਸਾ ਦੀਵਾਨ ਸਿਆੜੀ ਦੇ ਸਾਰੇ ਪ੍ਰਮੁੱਖਾਂ ਨੂੰ ਵੀ ਆਪਦਾ ਬਹੁਤ ਬਹੁਤ ਧੰਨਵਾਦ ਸਰਦਾਰ ਹਰਭਜਨ ਸਿੰਘ ਜੀ ਤੁਸੀਂ ਖਾਲਸਾ ਦੀਵਾਨ ਸੁਸਾਇਟੀ ਔਰ ਮੈਂ ਉਸ ਗੁਰਦੁਆਰਾ ਸਾਹਿਬ 'ਤੇ ਆਪ ਦਰਸ਼ਨ ਕੀਤੇ ਨੇ ਔਰ ਉਹ ਗੁਰਦੁਆਰਾ ਸਾਹਿਬ ਦੇ ਇਤਿਹਾਸ ਨੂੰ ਵੀ ਮੈਂ ਬਾਹਰ ਲਿਖੇ ਨੂੰ ਪੜ੍ਹਿਆ ਔਰ ਇਹ ਇਤਿਹਾਸ ਅਤੇ ਉਹਨਾਂ ਲੰਬਿਆਂ ਨੂੰ ਪਾਰ ਕਰਕੇ ਅੱਗੇ ਆਇਆ ਜਦੋਂ ਕਿ ਇਸ ਧਰਤੀ ਦੇ ਉੱਤੇ ਇੱਕ ਜੱਦੋ ਜਹਿਦ ਸਾਰੀ ਕੌਮ ਕਰ ਰਹੀ ਸੀ ਸਾਰੇ ਲੋਕ ਜਿਹੜੇ ਲੋਕ ਇੱਥੇ ਆਏ ਸਨ ਉਹ ਲੋਕ ਜੱਦੋ ਜਹਿਦ ਕਰ ਰਹੇ ਸਨ ਉਹਦੇ ਵਿਸ਼ੇਸ਼ ਕਰਕੇ ਪੰਜਾਬੀ ਬੜੀ ਵੱਡੀ ਜੱਦੋ ਜਹਿਦ ਕਰ ਰਹੇ ਸਨ ਔਰ ਅੱਜ ਕਿੱਥੇ ਉਹ ਇਮਾਰਤ ਖੜੀ ਹੈ ਗੁਰਦੁਆਰਾ ਸਾਹਿਬ ਖੜੇ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜਿੱਥੇ ਮਨੁੱਖਤਾ ਨੂੰ ਸੰਦੇਸ਼ ਦਿੱਤਾ ਜਾ ਰਿਹਾ ਉੱਥੇ ਪਿਆਰ ਵੀ ਵੰਡਿਆ ਜਾ ਰਿਹਾ ਸੋ ਇਸ ਦੇ ਨਾਲ ਨਾਲ ਜਦੋਂ ਗੁਰਦੁਆਰਾ ਸਾਹਿਬ ਦੀ ਗੱਲ ਕਰਾਂਗੇ ਪਹਿਲਾਂ ਮੈਂ ਕੁਝ ਵਿਅਕਤੀਗਤ ਰੋਕ ਤੇ ਤੁਹਾਡੀ ਕੁਝ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਫਿਰ ਅਸੀਂ ਗੁਰਦੁਆਰਾ ਸਾਹਿਬ ਦੇ ਉੱਤੇ ਗੱਲਬਾਤ ਕਰਾਂਗੇ ਤੁਹਾਡੇ ਦਰਸ਼ਕ ਵਿਚਕਾਰ ਦੇਖ ਵੀ ਰਹੇ ਹੋਣੇ ਨੇ ਗੁਰਦੁਆਰਾ ਸਾਹਿਬ ਦੀ ਕਿਵੇਂ ਕੋਰੋਨਾ ਦੇ ਕੋਵਿਡ-19 ਕਰਕੇ ਜੋ ਅੱਜ ਕੱਲ੍ਹ ਚੱਲ ਰਿਹਾ ਉਹਦੀਆਂ ਚਿੱਤਰ ਤੁਹਾਨੂੰ ਉਹਦੀ ਵੀਡੀਓ ਨਾਲ ਦੇਖੀ ਜਾ ਰਹੀ ਹੈ ਸੋ ਸਰਦਾਰ ਹਰਭਜਨ ਸਿੰਘ ਜੀ ਮੈਂ ਜਾਣਨਾ ਚਾਹੁੰਦਾ ਹਾਂ ਕਿ ਔਰ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਨੇ ਆਪ ਕੈਨੇਡਾ ਦੀ ਧਰਤੀ ਦੇ ਉੱਤੇ ਕਦੋਂ ਆਉਂਦੇ ਹੋ ਔਰ ਕਿਹੜੀ ਜਗ੍ਹਾ ਤੋਂ ਆਉਂਦੇ ਹੋ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਸਾਧ ਸੰਗਤ ਜੀ ਆਪਣੇ ਮੈਂ ਜਾਣਕਾਰੀ ਦਿੰਦਾ ਹੈਗਾ ਮੈਂ ਮੇਰਾ ਪਿੰਡ ਚਿੱਟੀ ਆ ਜ਼ਿਲ੍ਹਾ ਜਲੰਧਰ ਵਿੱਚ ਮੈਂ 1968 ਵਿੱਚ 7 ਜੁਲਾਈ 1968 ਨੂੰ ਗੁਰਦੁਆਰਾ ਸਾਹਿਬ ਆਇਆ ਸੀਗਾ ਅਤੇ ਮੇਰੀ ਆਪਣੇ ਧਰਮ ਪਤਨੀ ਬਲਵਿੰਦਰ ਕੌਰ ਨੇ ਮੈਨੂੰ ਸਪੋਂਸਰ ਕੀਤਾ ਵਿਆਹ ਵਾਸਤੇ 21 ਉਦੋਂ ਬਾਅਦ 2 ਹਫ਼ਤੇ ਬਾਅਦ 21 ਜੁਲਾਈ ਨੂੰ ਵਿਆਹ ਸੀਗਾ ਗੁਰਦੁਆਰਾ ਸਾਹਿਬ ਸੁੱਖ ਸਾਗਰ ਨਿਊ ਵੈਸਟਮਿੰਟ ਉਦੋਂ ਪੁਰਾਣੀ ਬਿਲਡਿੰਗ ਸੀ ਜਿਹੜੀ ਆਪਣੇ ਉਸ ਜਗ੍ਹਾ ਆਪਣੇ ਸਾਡਾ ਸ਼ਾਦੀ ਹੋਈ ਸੀ ਆਪਣੇ ਜੀ ਅੱਛਾ ਜੀ ਹਾਂਜੀ ਤੇ ਤੁਹਾਡਾ ਆਨੰਦ ਕਾਰਜ ਵੀ ਜਿਹੜਾ ਹੈ ਤੁਹਾਨੂੰ ਉਹਨਾਂ ਨੇ ਸਪੋਂਸਰ ਕੀਤਾ ਤੇ ਤੁਸੀਂ ਇੱਥੇ ਆਏ ਔਰ ਤੁਹਾਡਾ ਪਿੰਡ ਜਲੰਧਰ ਦੇ ਵਿਚਕਾਰ ਹੈ ਔਰ ਤੁਸੀਂ ਬੜੀ ਇੱਕ ਲੰਬੀ ਜੱਦੋ ਜਹਿਦ ਤੋਂ ਬਾਅਦ ਇੱਥੇ ਪੁੱਜੇ ਹੋ ਸੋ ਆਪਣੇ ਬਾਲ ਬੱਚਿਆਂ ਬਾਰੇ ਦੱਸੋਗੇ ਵੀ ਕਿੰਨੇ ਕੁ ਬੱਚੇ ਨੇ ਆਪ ਜੀ ਦੇ ਹਾਂਜੀ 3 ਮੇਰੇ ਬੱਚੇ ਆ ਜੀ ਆਪਣੇ ਤੇ ਇੱਕ ਲੜਕਾ 2 ਲੜਕੀਆਂ ਹਾਂਜੀ ਹਾਂਜੀ ਹੋਰ ਜਾਣਕਾਰੀ ਆਪਣਾ ਮੈਂ ਤੁਹਾਨੂੰ ਸ਼ੁਰੂ ਕਰਾਂ ਜੀ ਆਪਣੇ ਹਾਂਜੀ ਪਹਿਲਾਂ ਤੁਸੀਂ ਇਹ ਦੱਸੋ ਨਾ ਜੀ ਕਿ ਬਈ ਤੁਹਾਡੇ ਤੁਸੀਂ ਦੱਸ ਰਹੇ ਸੋ ਬਾਲ ਬੱਚਿਆਂ ਬਾਰੇ ਤੇ ਉਸ ਤੋਂ ਬਾਅਦ ਹੁਣ ਸਾਨੂੰ ਦੱਸੋਗੇ ਕਿ ਬਈ ਤੁਸੀਂ ਇੱਥੇ ਕੀ
ਆ ਕੇ ਆਪਣਾ ਕੰਮ ਕਾਜ ਕੀਤਾ, ਜਿਸ ਤਰ੍ਹਾਂ ਕਿ ਇੱਕ ਲੰਬੀ ਜਦੋ ਜਹਿਦ ਜਿਹੜੇ ਪੀਰੀਅਡ ਤੁਸੀਂ 68 ਦੀ ਗੱਲ ਕਰ ਰਹੇ, 1968 ਦੀ ਗੱਲ ਕਰਦੇ ਹੋ, ਇੱਕ ਲੰਬਾ ਸਮਾਂ ਤੁਸੀਂ ਉੱਥੇ ਕੱਟ ਕੇ ਆਉਂਦੇ ਪਏ ਹੋ, ਔਰ ਉਸ ਲੰਬੇ ਸਮੇਂ ਦੇ ਵਿਚਕਾਰ ਤੁਸੀਂ ਜਿਹੜਾ ਹੈਗਾ ਕੀ ਆਪਣਾ ਕੰਮ ਕਾਜ ਕੀਤਾ, ਜਿਸ ਤਰ੍ਹਾਂ ਕਿ ਉਹ ਮੁਸ਼ਕਲਾਂ ਨੂੰ ਪਾਰ ਕਰਦੇ ਹੋਏ ਤੁਸੀਂ ਇੱਥੋਂ ਤੱਕ ਪੁੱਜੇ ਹੋ? ਹਾਂਜੀ, ਮੈਂ ਆਪਣੇ 1968 ਵਿੱਚ ਆਇਆ ਸੀ ਤਾਂ 2 ਮਹੀਨੇ ਬਾਅਦ 2 ਸਤੰਬਰ 1968 ਨੂੰ ਮੈਂ ਆਪਣੇ ਜਿਹੜੀਆਂ ਲੱਕੜੀ ਦੀ ਬਿੱਲ ਹੈਗਾ ਸਾਹ ਮਿਲ ਵਿੱਚ ਕੰਮ ਸ਼ੁਰੂ ਕਰਤਾ ਸੀਗਾ। ਉਸ ਟਾਈਮ ਆਪਣੇ ਪੇ ਹੁੰਦੀ ਹੈ $2.50 ਘੰਟੇ ਦੇ। ਉਸ ਤੋਂ ਬਾਅਦ ਫਿਰ ਆਪਣੇ ਲਗਾਤਾਰ 38 ਸਾਲ ਕੰਮ ਮਿਲ ਦੇ ਵਿੱਚ ਕੀਤਾ ਜੀ। ਅਤੇ ਜਦੋਂ ਫਿਰ ਗੁਰਦੁਆਰਾ ਸਾਹਿਬ ਸੇਵਾ ਮਿਲ ਗਈ ਸੀ, ਖਾਲਸਾ ਦੀਵਾਨ ਸੈਟੀ ਸੁਖਸਰ ਗੁਰਦੁਆਰਾ ਸਾਹਿਬ, ਉਸ ਟਾਈਮ ਮੈਂ 60 ਸਾਲ ਦਾ ਹੋ ਗਿਆ ਸੀ। 5 ਸਾਲ ਅਰਲੀ ਮੈਂ ਰਿਟਾਇਰਮੈਂਟ ਲੈ ਲਈ ਸੀ ਅਤੇ ਉਸ ਤੋਂ ਪਹਿਲਾਂ ਵੀ ਆਪਣੇ ਸੁਸਾਇਟੀਆਂ ਵਿੱਚ ਉਹਨਾਂ ਨਾਲ ਨਾਲ ਕੰਮ ਕੀਤਾ ਹੈਗਾ ਸਭਾਵਾਂ ਵਿੱਚ। ਅਤੇ ਸਭ ਤੋਂ ਪਹਿਲਾਂ ਅਕਾਲੀ ਸਿੰਘ ਗੁਰਦੁਆਰਾ ਜਿਹੜਾ ਬੈਨਕੋਰ ਹੁੰਦਾ ਸੀਗਾ, ਉਹਦੇ ਵਿੱਚ 1979 ਵਿੱਚ ਐਗਜੈਕਟ ਕਮੇਟੀ ਮੈਂਬਰ ਰਿਹਾ ਅਤੇ 1995-96 ਵਿੱਚ ਖਾਲਸਾ ਦੀਵਾਨ ਸੁਸਾਇਟੀ ਬੈਨਕੂਵਰ ਜਿਹੜਾ ਮਤਲਬ ਪਹਿਲੀ ਆਪਣਾ ਸਭ ਤੋਂ ਪਹਿਲਾਂ ਗੁਰਦੁਆਰਾ ਬਣਿਆ ਸੀ ਆਪਣੇ, ਅਤੇ ਹੁਣ ਨਵੀਂ ਬਿਲਡਿੰਗ ਬਣ ਸੀ ਰੌਸ ਸਟਰੀਟ 'ਤੇ ਆ ਗਿਆ ਹੈਗਾ। ਉਹਦੇ ਵਿੱਚ 95 ਅਤੇ 96 ਵਿੱਚ ਰਿਹਾ ਅਤੇ ਉਸ ਤੋਂ ਬਾਅਦ ਇੱਕ ਸਾਲ ਪਹਿਲਾਂ ਵੀ 1985 ਵਿੱਚ ਇੱਥੇ ਆਪਣੇ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਸੁਖਸਰ ਗੁਰਦੁਆਰਾ ਸਾਹਿਬ ਰਹੇ ਹਾਂ। ਪਰ ਉਸ ਤੋਂ ਬਾਅਦ 2006 ਵਿੱਚ ਫਿਰ ਆਪਣੇ ਨੌਜਵਾਨਾਂ ਦੀ ਆਪਣੇ ਇੱਥੇ ਘਰ ਮੇਰੇ ਆਏ, ਉਹਨਾਂ ਨੇ ਕਿਹਾ ਵੀ ਅੰਕਲ ਜੀ ਤੁਸੀਂ ਸਾਡੇ ਨਾਲ ਸੇਵਾ ਕਰਾਓ। ਅਤੇ ਮੈਂ ਕਿਹਾ ਮੈਂ ਤਾਂ ਲਾਗੇ ਘਰ ਦੇ ਹੈਗਾ, ਮੈਂ ਸੇਵਾ ਕਰਾਈ ਜਾਣਾ, ਪਰ ਉਹ ਕਹਿੰਦੇ ਨਹੀਂ ਤੁਸੀਂ ਮੁੱਖ ਤੌਰ 'ਤੇ ਆਪਣੇ ਸੇਵਾਦਾਰ ਬਣੋ ਅਤੇ ਸਾਡੇ ਨਾਲ ਸੇਵਾ ਕਰਾਓ। ਉਸ ਤੋਂ ਬਾਅਦ 2006 ਤੋਂ ਬਾਅਦ ਫਿਰ ਆਪਣੇ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਮੁੱਖ ਸੇਵਾਦਾਰ ਦੇ ਤੌਰ 'ਤੇ ਸੇਵਾ ਕਰ ਰਿਹਾ ਹਾਂ। ਸਰ ਭਜਨ ਸਿੰਘ ਜੀ ਅਟਵਾਲ ਸਾਹਿਬ, ਤੁਹਾਨੂੰ ਕਿੰਨਾ ਕੁ ਸਹਿਯੋਗ ਸੁਸਾਇਟੀ ਦੇ ਮੈਂਬਰਾਂ ਵੱਲੋਂ ਮਿਲਦਾ ਹੈ, ਕਿੰਨਾ ਕੁ ਤੁਹਾਡੀ ਸੁਸਾਇਟੀ ਦੇ ਤੁਹਾਡੇ ਗੁਰਦੁਆਰਾ ਸਾਹਿਬ ਦੇ ਨਿਜ਼ਾਮ ਦੇ ਵਿਚਕਾਰ ਤੁਹਾਨੂੰ ਜਿਹੜੀਆਂ ਸੇਵਾਵਾਂ ਗੁਰੂ ਨੇ ਤੁਹਾਡੇ ਕੋਲੋਂ ਲੈ ਰਹੇ ਨੇ, ਉਹ ਤਾਂ ਆਪਾਂ ਹੁਣੇ ਜ਼ਿਕਰ ਕਰਾਂਗੇ, ਅਗਲੇ ਹਿੱਸੇ ਵਿੱਚ ਜ਼ਿਕਰ ਕਰਾਂਗੇ। ਆਮ ਤੌਰ 'ਤੇ ਸੁਸਾਇਟੀਆਂ ਦੇ ਵਿਚਕਾਰ ਇੰਨਾ ਲੰਬਾ ਸਮਾਂ ਕੋਈ ਕਿਸੇ ਨੂੰ ਬਰਦਾਸ਼ਤ ਨਹੀਂ ਕਰਦਾ, ਅਤੇ ਤੁਹਾਡੀ ਸੇਵਾ ਹੀ ਹੈ ਕਿ ਵੀ ਜਿਸ ਕਰਕੇ ਤੁਹਾਨੂੰ ਇੰਨੇ ਸਤਿਗੁਰਾਂ ਨੇ ਤੁਹਾਡੀ ਝੋਲੀ 'ਚ ਐਡੀ ਵੱਡੀ ਸੇਵਾ ਪਾਈ ਹੋਈ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਜੀ, ਆਪਣੇ 10 ਸਤੰਬਰ ਨੂੰ ਇਲੈਕਸ਼ਨ ਹੋਈ ਸੀ, ਉਹਦੇ ਵਿੱਚ 10 ਨੂੰ ਅਤੇ 10 ਦੇ ਨਾਲ ਸਾਰੇ ਜਿਹੜੇ ਪ੍ਰਬੰਧ ਉਹਨਾਂ ਨੂੰ ਸੇਵਾ ਮਿਲੀ ਸੀ। ਉਸ ਤੋਂ ਬਾਅਦ 1 ਅਕਤੂਬਰ 2006 ਨੂੰ ਫਿਰ ਸਾਨੂੰ ਚਾਰਜ ਮਿਲ ਗਿਆ ਸੀ, ਪਰ ਅਸੀਂ ਜਿੱਦਾਂ ਇਲੈਕਸ਼ਨ ਹੋ ਗਈ ਸੀ ਉਸ ਤੋਂ ਬਾਅਦ ਹੀ ਆਪਣੇ ਮਤਲਬ ਰੈਨੋਵੇਸ਼ਨ ਸ਼ੁਰੂ ਕਰ ਦਿੱਤੀ ਗੁਰਦੁਆਰਾ ਸਾਹਿਬ ਦੀ। ਅਤੇ 3 ਹਫ਼ਤੇ ਬਾਅਦ ਆਪਣੇ ਫਿਰ 1 ਅਕਤੂਬਰ 2006 ਤੋਂ ਚਾਰਜ ਮਿਲਿਆ ਸੀ। ਉਸ ਤੋਂ ਬਾਅਦ ਲਗਾਤਾਰ ਸੇਵਾਵਾਂ ਅਤੇ ਬਾਕੀ ਇੰਨਾ ਸਹਿਯੋਗ ਜਿੰਨਾ ਸੰਗਤਾਂ ਨੇ ਅੱਜ ਤੱਕ 15 ਸਾਲ 3 ਹੋ ਚੱਲੇ ਹੈਗੇ ਆ, ਜਿਸ ਵੀ ਚੀਜ਼ ਨੂੰ ਵੀ ਆਪਾਂ ਸ਼ੁਰੂ ਕੀਤਾ ਪਰਮਾਤਮਾ ਨੇ ਆਪਣਾ ਸੰਗਤ ਵਿੱਚ ਇੰਨਾ ਮਾ ਸਹਿਯੋਗ ਦਿੱਤਾ ਵੀ ਉਹਦੀ ਆਪਾਂ ਕਹਿ ਨਹੀਂ ਸਕਦੇ। ਅੱਜ ਤੱਕ ਕੋਈ ਵੀ ਸਾਡੇ ਗੁਰਦੁਆਰਾ ਸਾਹਿਬ ਉਸ ਤੋਂ ਬਾਅਦ ਇਲੈਕਸ਼ਨ ਨਹੀਂ ਹੋਈ ਸਰਬਸੰਮਤੀ ਨਾਲ, ਹੁਣ 6ਵੀਂ ਜਾਂ 7ਵੀਂ ਟਰਮ ਚੱਲ ਰਹੀ ਆ, ਸਾਰੇ ਮਤਲਬ ਸੇਵਾਦਾਰ ਉਸੇ ਤਰ੍ਹਾਂ ਹੀ ਸਾਰੇ ਆਈ ਜਾਂਦੇ ਆ, ਅਤੇ ਜਿਹੜੇ ਵਿੱਚੋਂ ਥੋੜ੍ਹੇ ਕੰਮ ਕਰ ਕਰਕੇ ਗਾਂਹ ਪਿਛਾਂ ਵੀ ਹੋਏ, ਪਰ ਸਹਿਯੋਗ ਉਹਨਾਂ ਦਾ ਹੀ ਪੂਰਾ ਹੁਣ ਤੱਕ ਮਿਲ ਰਿਹਾ ਜੀ। ਸੋ ਸਰ ਭਜਨ ਸਿੰਘ ਜੀ ਅਟਵਾਲ ਜੀ, ਹੁਣ ਅਸੀਂ ਕਰਾਂਗੇ ਗੁਰਦੁਆਰਾ ਸਾਹਿਬ ਦੀਆਂ ਗੱਲਾਂ, ਕਿਉਂਕਿ ਤੁਹਾਡੀ ਜ਼ਿੰਦਗੀ ਇੱਕ ਬੜੇ ਵੱਡੇ ਸਟਰਗਲ 'ਚ ਨਿਕਲ ਕੇ ਆਈ ਹੈ, ਤੁਸੀਂ ਲਗਾਤਾਰ ਸਟਰਗਲ ਕੀਤੀ, ਤੁਸੀਂ ਇੱਥੇ ਆ ਕੇ ਹੀ ਸਾਰੇ ਆਪਣੇ ਜੀਵਨ ਨੂੰ ਸਥਾਪਿਤ ਕੀਤਾ, ਲੇਕਿਨ ਤੁਸੀਂ ਇੰਨਾ ਲੰਬਾ ਸਮਾਂ ਖਾਲਸਾ ਦੀਵਾਨ ਸੁਸਾਇਟੀ ਦੇ ਬਤੌਰ ਪ੍ਰਧਾਨ ਦੀ ਸੇਵਾ ਨਿਭਾਉਂਦਿਆਂ ਹੋਇਆਂ, ਔਰ ਤੁਹਾਨੂੰ ਕੀ ਕਹਿੰਦੇ ਨੇ ਐਡਾ ਲੰਬਾ ਵੋਲੰਟਰਲੀ ਤੁਸੀਂ ਸੇਵਾ ਕਰਦੇ ਪਏ ਹੋ, ਔਰ ਤੁਸੀਂ ਵੋਲੰਟਰ ਆਪਣੇ ਆਪ ਨੂੰ ਹਮੇਸ਼ਾ ਜ਼ਿੰਦਗੀ ਦਾ ਇੱਕ ਲੰਬਾ ਸਮਾਂ ਤੁਸੀਂ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਮੈਂ ਗੁਰਦੁਆਰਾ ਸਾਹਿਬ ਦੀ ਗੱਲ ਕਰਾਂ, ਇਸ ਤੋਂ ਇਲਾਵਾ ਦੀ ਸੁਸਾਇਟੀ ਤੁਸੀਂ ਕੋਈ ਵੋਲੰਟਰਲੀ ਹੋਰ ਸੇਵਾਵਾਂ ਦਿੱਤੀਆਂ ਨੇ, ਜਿਹੜੀਆਂ ਕਿ ਸੇਵਾਵਾਂ ਸਾਡੇ ਦਰਸ਼ਕ ਜਾਣਨਾ ਚਾਹਣਗੇ, ਵਿਊਰ ਜਾਣਨਾ ਚਾਹਣਗੇ ਕਿ ਗੁਰਦੁਆਰਾ ਸਾਹਿਬ ਤੋਂ ਅਪਾਰਟ ਫਰੋਮ ਦੀ ਗੁਰਦੁਆਰਾ ਵਟ ਕਾਇੰਡ ਆਫ ਸਰਵਿਸਿਜ਼ ਯੂ ਹੈਵ ਪ੍ਰੋਵਾਈਡਡ ਟੂ ਦੀ ਆਮ ਲੋਕਾਂ ਨੂੰ ਕਿੱਦਾਂ ਕੀਤੀ ਹੈ? ਇਹ ਜੀ ਆਪਣੇ ਜੈਸ ਪਰਿਵਾਰ ਵਿੱਚ ਮੈਂ ਆਇਆ ਸੀਗਾ, ਮੈਂ ਉਹਨਾਂ ਦਾ ਹੀ ਬਹੁਤ ਧੰਨਵਾਦ ਕਰਦਾ ਹੈਗਾ। ਉਹ ਪਰਿਵਾਰ ਮੇਰੇ ਸੰਧੂ ਸਾਹਿਬ ਦੇ ਜਿਹੜੇ ਆਪਣੇ ਭਰਾ ਤਾਰਾ ਸਿੰਘ ਬੈਂਸ ਸੀ, ਉਹ ਖਾਲਸਾ ਦੀਵਾਨ ਸੁਸਾਇਟੀ ਬੈਨਕੋਰ ਵਿੱਚ ਸਕੱਤਰ ਦੀ ਸੇਵਾ ਉਸ ਟਾਈਮ ਕਰਦੇ ਸਨ, ਅਤੇ ਇਸ ਕਰਕੇ ਸਾਡਾ ਆਉਣ ਜਾਣ ਸਾਰਾ ਜਿੰਨਾ ਵੀ ਪਰਿਵਾਰ ਸੀਗਾ ਤਿੰਨ ਆਪਣੇ ਕੇਸਾ ਧਾਰੀ, ਅਤੇ ਮੈਂ ਵੀ ਹੁਣ ਤੱਕ ਕੇਸਾ ਧਾਰੀ ਰਿਹਾ, ਅਤੇ ਉਹਨਾਂ ਦੀ ਵੀ ਬਹੁਤ ਦੇਣ ਆ। ਅਤੇ ਮੇਰੇ ਫਾਦਰ ਲਾਲ ਸਾਹਿਬ ਵੀ ਕੇਸ ਸਿੰਘ ਬਾਗੜੀ ਹੋਣੀ, ਉਹ ਵੀ ਕੇਸਾਂ ਧਾਰੀ ਹੁੰਦੇ ਸੀ, ਤਾਂ ਅਸੀਂ ਸਾਰਾ ਪਰਿਵਾਰ ਮਤਲਬ ਆਪਣੇ ਇਸ ਕਰਕੇ ਮਤਲਬ 5 ਦਿਨ ਕੰਮ ਕਰਨਾ ਆਪਣਾ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ 8 ਘੰਟੇ ਕੰਮ ਹੁੰਦਾ ਸੀ, ਅਤੇ ਜੇ ਵਿੱਚੋਂ ਟਾਈਮ ਲੱਗਾ ਤਾਂ ਵੀ ਗੁਰਦੁਆਰਾ ਸਾਹਿਬ ਸੇਵਾਵਾਂ ਰੱਖੀਆਂ 1970 ਤੋਂ ਲੈ ਕੇ
ਹੁਣ ਤੱਕ ਚੱਲੀ ਇਸੇ ਤਰ੍ਹਾਂ ਹੀ ਤੁਰੀਆਂ ਆਉਂਦੀਆਂ। ਜਿਹੜੀ ਮੇਰੀ ਧਰਮ ਪਤਨੀ ਬਲਵਿੰਦਰ ਕੌਰ ਆ ਉਹਦਾ ਇਹਦੇ ਵਿੱਚ ਵੀ ਬਹੁਤ ਯੋਗਦਾਨ ਹੈਗਾ, ਕਿਉਂਕਿ ਕੋਈ ਵੀ ਚੀਜ਼ ਅੱਜ ਤੱਕ ਮੈਨੂੰ ਪਤਾ ਨਹੀਂ ਘਰ ਵਿੱਚ ਗਰੋਸਰੀ ਦੀ ਕੌਣ ਲਿਆਉਂਦਾ ਕੌਣ ਨਹੀਂ ਲਿਆਉਂਦਾ, ਪਰ ਮੈਂ ਸਾਰੀ ਆਪਣੀ ਜ਼ਿੰਦਗੀ ਪਰਮਾਤਮਾ ਪਾਸੇ ਕੀਤੀ ਆ, ਸੇਵਾਵਾਂ ਵਿੱਚ ਲੰਘੀ ਆ ਜੀ। ਸੋ ਹਰਭਜਨ ਸਿੰਘ ਜੀ, ਹੁਣ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ, ਜਿਹੜਾ ਖਾਲਸਾ ਦੀਵਾਨ ਸੁਸਾਇਟੀ ਜਿਹੜੀ ਹੈ ਇਹ ਕਦੋਂ ਬਣਦੀ ਹੈ, ਮਤਲਬ ਤੁਹਾਡੇ ਪ੍ਰਧਾਨ ਹੁੰਦੇ ਨਹੀਂ, ਇਸ ਤੋਂ ਪਹਿਲਾਂ ਇਹ ਕਿਸ ਤਰ੍ਹਾਂ ਬਣਦੀ ਹੈ, ਇਹਦਾ ਇਤਿਹਾਸ ਗੁਰਦੁਆਰਾ ਸਾਹਿਬ ਦਾ ਜਿਹੜਾ ਇਹਦੇ ਬਾਹਰ ਹੈਗਾ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਕਿ ਵੀ ਇਹ ਖਾਲਸਾ ਦੀਵਾਨ ਸੁਸਾਇਟੀ ਕਦੋਂ ਬਣਦੀ ਹੈ ਔਰ ਕਿਵੇਂ ਕਿਵੇਂ ਖਾਲਸਾ ਦੀਵਾਨ ਸੁਸਾਇਟੀ ਨੂੰ ਇੱਥੋਂ ਦੀਆਂ ਸੰਗਤਾਂ ਨੂੰ ਕੋਈ ਮੁਸ਼ਕਲਾਂ ਆਈਆਂ ਔਰ ਕਿੱਦਾਂ ਸਟਰਗਲ ਕਰਦਿਆਂ ਕਰਦਿਆਂ ਇਸ ਸੁੰਦਰ ਇਮਾਰਤ ਦੇ ਨੇੜੇ ਆਪਾਂ ਪਹੁੰਚੇ ਹਾਂ। ਹਾਂਜੀ, ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਬੈਨਕੋਰ ਹੁੰਦਾ ਜੀ ਖਾਲਸਾ ਦੀਵਾਨ ਸੁਸਾਇਟੀ 2006 ਵਿੱਚ ਹੋਂਦ ਵਿੱਚ ਆਈ ਆ, 1866 ਨੰਬਰ ਵੈਸਟ ਸੈਕਟ ਐਵਨਿਊ 'ਤੇ, ਉਹਦੇ ਥੱਲੇ ਆਪਣੇ ਜਿਹੜੀਆਂ 5 ਸੁਸਾਇਟੀਆਂ ਹੋਰ ਬਣੀਆਂ ਸਨ। ਪਹਿਲੀ ਸੁਸਾਇਟੀ ਖਾਲਸਾ ਦੀਵਾਨ ਸੁਸਾਇਟੀ ਬੈਨਕੂਵਰ, ਨੰਬਰ 2 'ਤੇ ਖਾਲਸਾ ਦੀਵਾਨ ਸੁਸਾਇਟੀ ਐਸਪੋਰਟ, ਨੰਬਰ 3 'ਤੇ ਖਾਲਸਾ ਦੀਵਾਨ ਸੁਸਾਇਟੀ ਵਿਕਟੋਰੀਆ, ਨੰਬਰ 4 'ਤੇ ਖਾਲਸਾ ਦੀਵਾਨ ਸੁਸਾਇਟੀ ਨਿਊ ਵੈਸਟਮਿਨਿਸਟਰ, ਨੰਬਰ 5 'ਤੇ ਖਾਲਸਾ ਦੀਵਾਨ ਸੁਸਾਇਟੀ ਪੋਟਰਵਾਨੀ, ਅਤੇ 6ਵੇਂ 'ਤੇ ਖਾਲਸਾ ਦੀਵਾਨ ਸੁਸਾਇਟੀ ਪਾਲਦੀ। ਇਹ ਸਾਰੀਆਂ ਜਿੰਨੀਆਂ 6 ਖਾਲਸਾ ਦੀਵਾਨ ਸੁਸਾਇਟੀ ਸੀ, ਇਹਨਾਂ ਦੀ ਸਾਰੀ ਪ੍ਰੋਪਰਟੀ ਖਾਲਸਾ ਦੀਵਾਨ ਸੁਸਾਇਟੀ 1974 ਤੱਕ ਆਪਣੇ ਉਹਨਾਂ ਦੇ ਟਾਈਟਲ 'ਤੇ ਸੀਗੀ। ਅਤੇ ਇਹ ਪਹਿਲਾਂ ਆਪਣੇ ਜਦੋਂ ਖਾਲਸਾ ਦੀਵਾਨ ਸੁਸਾਇਟੀ ਬਣੀ ਆ, ਬਿਸ਼ਨ ਸਿੰਘ, ਭਾਈ ਬਿਸ਼ਨ ਸਿੰਘ ਟੱਲੇਵਾਲ, ਉਹ ਇੱਥੇ ਇਨਵੈਸਟਮੈਂਟ ਹੁੰਦੇ ਸਨ। ਜਿਹੜਾ ਆਪਣੇ ਪਹਿਲਾਂ ਪੁਰਾਣੀ ਬਿਲਡਿੰਗ ਸੀ ਬੋਨੀ ਸਟਰੀਟ 'ਤੇ ਮਗਲੇ ਪਾਸੇ ਜਿੱਥੇ ਆਪਾਂ ਪਾਰ ਕਰਦੇ ਹਾਂ, ਉਹਨਾਂ ਦੇ ਆਉਂਦਿਆਂ ਨੇ ਗੁਰੂ ਗ੍ਰੰਥ ਸਾਹਿਬ ਨਾਲ ਲਿਆਂਦਾ ਸੀ। ਉਦੋਂ ਬਾਅਦ ਹੌਲੀ ਹੌਲੀ ਇਹ ਫਿਰ 1918 ਵਿੱਚ ਸੁਸਾਇਟੀ ਹੋਂਦ ਵਿੱਚ ਆ ਗਈ ਸੀਗੀ। ਅਤੇ ਉਸ ਤੋਂ ਬਾਅਦ ਫਿਰ ਆਪਣੇ ਮਤਲਬ 1970 ਤੋਂ ਪਹਿਲਾਂ ਸੰਗਤਾਂ ਬਹੁਤ ਘੱਟ ਸਨ, 1972 ਵਿੱਚ ਸੰਗਤਾਂ ਦਾ ਫਿਰ ਵਾਧਾ ਹੋਣ ਲੱਗਾ, ਅਤੇ ਸੰਗਤਾਂ ਨੂੰ ਲੱਗਾ ਵੀ ਇਹ ਹੁਣ ਜਿਹੜੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਛੋਟੀ ਹੈ ਇਸ ਕਰਕੇ ਵੱਡੀ ਕੀਤੀ ਜਾਵੇ। ਫਿਰ ਜਿੱਥੇ ਹੁਣ ਗੁਰਦੁਆਰਾ ਸਾਹਿਬ ਬਣਿਆ ਇੱਥੇ ਸਾਰੇ ਪਹਿਲਾਂ ਘਰ ਸੀਗੇ, ਇਹ ਫਿਰ ਉਦੋਂ ਬਾਅਦ ਘਰ ਮੁੱਲ ਹੈ, ਅਤੇ ਉਦੋਂ ਬਾਅਦ ਇਹ ਜਿਹੜੀ ਬਿਲਡਿੰਗ ਵਿਚਕਾਰਲਾ ਪਾਰਟ ਹੈਗਾ ਤਕਰੀਬਨ ਆਪਣੇ 13,000 ਸਕੇਅਰ ਫੀਟ ਬਣਿਆ ਸੀ ਉਸ ਟਾਈਮ, ਅਤੇ ਇਹ ਆਪਣੇ 1975 ਵਿੱਚ ਫਿਰ ਇੱਧਰਲੇ ਪਾਸੇ ਗੁਰਦੁਆਰਾ ਸਾਹਿਬ ਪਹੁੰਚਾਇਆ ਜੀ। ਖਾਲਸਾ ਦੀਵਾਨ ਸੁਸਾਇਟੀ ਜਿਹੜੀ ਹੈ ਖਾਲਸਾ ਦੀਵਾਨ ਸੁਸਾਇਟੀ ਜਿਹੜੀ ਹੈ ਹੁਣ 6 ਜਿਹੜੀਆਂ ਸੁਸਾਇਟੀਆਂ ਨੇ ਉਹਨਾਂ ਨੂੰ ਕੰਟਰੋਲ ਕਰਦੀ ਹੈ ਕਿ ਹਰ ਅਲੱਗ ਅਲੱਗ ਜਿਹੜੀ ਸੁਸਾਇਟੀ ਹੈ ਉਹ ਆਪਣੇ ਤੌਰ ਤੇ ਇੰਡੀਪੈਂਡੈਂਟਲੀ ਕੰਮ ਕਰਦੀ ਹੈ? ਨਹੀਂ ਜੀ, 1974 ਤੋਂ ਬਾਅਦ ਸਾਰੀਆਂ ਇੰਡੀਪੈਂਡੈਂਟ ਹੋ ਗਈਆਂ ਸੀਗੀਆਂ। ਉਹਨਾਂ ਨੇ ਖਾਲਸਾ ਦੀਵਾਨ ਸੁਸਾਇਟੀ ਬੈਨਕੁਰ ਨੇ ਸਾਰਿਆਂ ਨੂੰ ਆਪੋ ਆਪਣਾ ਟਾਈਟਲ ਦੇ ਦਿੱਤਾ ਸੀ, ਹੁਣ ਆਪੋ ਆਪਣੇ ਪ੍ਰੋਗਰਾਮ ਕਰਦੇ ਤਾਂ ਆਪੋ ਆਪਣੇ ਸਾਰਾ ਸਕਦਾ ਪਿਆ। ਹੁਣ ਉੱਦਾਂ ਉਹਦਾ ਸਤਿਕਾਰ ਮਾਣ ਸਾਰਿਆਂ ਹੈਗਾ ਆਪਣੇ ਮਨਾਂ ਵਿੱਚ ਸਾਰਿਆਂ ਵਿੱਚ, ਪਰ ਜਿਹੜੀ ਪਹਿਲਾਂ ਸੁਸਾਇਟੀ ਬਣੀ ਆ ਪਰ ਉਹਦੇ ਨਾਲ ਸੰਬੰਧ ਕੋਈ ਨਹੀਂ ਆਪਣਾ ਲੀਗਲ ਤੌਰ 'ਤੇ। ਹਾਂਜੀ, ਅੱਛਾ, ਬਹੁਤ ਅੱਛੀ ਗੱਲ। ਸੋ ਇੰਡੀਪੈਂਡੈਂਟਲੀ ਤੁਸੀਂ ਸਾਰਾ ਕੰਮ ਦੇਖ ਰਹੇ ਹੋ ਔਰ ਅਸੀਂ ਇਹ ਹੁਣ ਜਾਣਨਾ ਚਾਹਾਂਗੇ ਕਿ ਗੁਰਦੁਆਰਾ ਸਾਹਿਬ ਜਿਹੜਾ ਹੈ, ਇਸ ਗੁਰਦੁਆਰਾ ਸਾਹਿਬ ਜਿਹੜਾ 2006 'ਚ ਗੁਰੂ ਨੇ ਤੁਹਾਡੀ ਝੋਲੀ ਦੇ ਵਿਚਕਾਰ ਸੇਵਾ ਪਾਈ ਸੀ ਔਰ ਉਹ ਸੇਵਾ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਕਿਹੜੇ ਕਿਹੜੀਆਂ ਗੁਰੂ ਨੇ ਤੁਹਾਡੇ ਕੋਲ ਸੇਵਾਵਾਂ ਲਈਆਂ ਨੇ, ਪਹਿਲਾਂ ਤਾਂ ਇਹ ਸਵਾਲ ਕਰਾਂਗੇ, ਫਿਰ ਅਗਲਾ ਸਵਾਲ ਬਾਅਦ 'ਚ ਕਰਾਂਗੇ, ਅਗਲੇ ਹਿੱਸੇ 'ਚ ਕਰਾਂਗੇ ਤੁਹਾਡਾ ਸਵਾਲ। ਵਿਚਕਾਰ ਮੈਂ ਤੁਹਾਨੂੰ 2 ਮਿੰਟ ਵਾਸਤੇ ਰੋਕਾਂਗਾ ਵੀ, ਲੇਕਿਨ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਸਾਨੂੰ ਦੱਸੋ ਕਿ ਤੁਸੀਂ 2006 'ਚ ਸੇਵਾ ਸੰਭਾਲ ਕਰਦੇ ਹੋ ਔਰ ਉਹ ਸੇਵਾ ਸੰਭਾਲ ਕਰਨ ਦੇ ਵਿਚਕਾਰ ਗੁਰੂ ਨੇ ਤੁਹਾਡੀ ਝੋਲੀ ਜਿਹੜੀਆਂ ਸੇਵਾਵਾਂ ਤੁਹਾਡੇ ਕੋਲ ਲਈਆਂ ਨੇ ਉਹ ਸੇਵਾਵਾਂ ਕਿਹੜੀਆਂ ਕਿਹੜੀਆਂ ਤੁਸੀਂ ਕੀਤੀਆਂ ਨੇ, ਉਹਦੇ ਬਾਰੇ ਕੋਈ ਜਾਣਕਾਰੀ ਦਿਓ। ਜਦੋਂ ਜੀ ਆਪਣੇ ਮਤਲਬ ਸੇਵਾ ਮਿਲੀ ਆ, ਉਸ ਤੋਂ ਪਹਿਲਾਂ ਜਿਹੜੇ ਨੌਜਵਾਨ ਆ ਨਾਲ ਜਿਹੜੇ ਪੜ੍ਹੇ ਲਿਖੇ ਔਰ ਸਿੱਖੀ ਵਿੱਚ ਪਰਿਪੱਕ, ਅਤੇ ਉਹ ਇਹੋ ਆਪਣੇ ਵਾਅਦਾ ਕੀਤਾ ਜੀ ਸੰਗਤਾਂ ਨਾਲ ਵੀ ਜੇ ਆਪਣੇ ਕਿਸਾਨ ਸੇਵਾ ਬਖਦੇ ਹਾਂ ਤਾਂ ਅਸੀਂ ਜਿਹੜਾ ਯੂਥ ਦੇ ਪ੍ਰੋਗਰਾਮ ਆ ਨੌਜਵਾਨਾਂ ਦੇ ਆ ਸਾਰੇ ਇੱਥੇ ਪ੍ਰੋਗਰਾਮ ਸ਼ੁਰੂ ਕਰਾਂਗੇ। ਸਭ ਤੋਂ ਪਹਿਲਾਂ ਜਦੋਂ ਗੁਰਦੁਆਰਾ ਸਾਹਿਬ 1 ਅਕਤੂਬਰ ਨੂੰ ਚਾਰਜ ਮਿਲਿਆ, ਸਭ ਤੋਂ ਪਹਿਲਾਂ ਆਪਣੇ ਜਿਹੜਾ ਮਤਲਬ ਆਪਣੇ ਵੱਡੀਆਂ 2 ਸਕਰੀਨਾਂ ਲਾਈਆਂ ਪ੍ਰੋਜੈਕਟ ਜਿਹੜਾ ਉੱਤੇ ਮਤਲਬ ਆਪਣੇ ਗੁਰਦੁਆਰਾ ਸਾਹਿਬ ਜਿਹੜੇ ਬੱਚਿਆਂ ਨੂੰ ਪੰਜਾਬੀ ਘੱਟ ਆਉਂਦੀ ਆ ਜੇ ਸ਼ਬਦ ਕੀਰਤਨ ਨਹੀਂ ਜਾਣਦੇ ਤਾਂ ਨਾਲ ਨਾਲ ਉਹਦੇ ਅਰਥ ਪੰਜਾਬੀ ਵਿੱਚ ਆਉਣ, ਕਿਉਂਕਿ ਬਹੁਤ ਜ਼ਿਆਦਾ ਬੱਚੇ ਨੌਜਵਾਨ ਇਹ ਗੁਰਦੁਆਰਾ ਸਾਹਿਬ ਜੂਸ ਗੁਰਦੁਆਰਾ ਸਾਹਿਬ ਪਹਿਲਾ ਗੁਰਦੁਆਰਾ ਜਿੱਥੇ ਮਤਲਬ ਬੱਚੇ ਨਾਲ ਜੁੜੇ ਸੀਗੇ। ਉਸ ਤੋਂ ਬਾਅਦ ਨਾਲ ਹੀ ਆਪਣੇ 2006 ਵਿੱਚ ਹੀ ਆਪਣੇ ਸਾਰੀ ਮੀਟਿੰਗ ਹੋਈ ਆ, ਉਹਦੇ ਵਿੱਚ ਇਹ ਫੈਸਲੇ ਕੀਤੇ ਗਏ ਵੀ ਪੰਜਾਬੀ ਸਕੂਲ ਚਾਲੂ ਕੀਤਾ ਜਾਊਗਾ ਸ਼ਾਮ ਦੇ ਟਾਈਮ,
ਤੇ ਉਸ ਤੋਂ ਬਾਅਦ ਆਪਣੇ ਸ਼ਬਦ ਕੀਰਤਨ ਤੇ ਕੀਰਤਨ ਜਥੇ ਸਭ ਤੋਂ ਪਹਿਲਾਂ ਹੀ ਉਪਰਾਲਾ ਕੀਤਾ ਵੀ ਜਿਹੜੇ ਆਪਣੇ ਮੰਨ ਲਓ ਸੰਗਤਾਂ ਉਸ ਟਾਈਮ ਘੱਟ ਆਉਂਦੀਆਂ ਸੀ ਗੁਰਦੁਆਰਾ ਸਾਹਿਬ ਇੱਥੇ, ਕਿਉਂ ਤੁਹਾਨੂੰ ਪਤਾ ਜੋ ਇਲੈਕਸ਼ਨਾਂ ਦਾ ਟਾਈਮ ਹੋਵੇ ਤਾਂ ਉਸ ਵਿੱਚ ਸੰਗਤਾਂ ਥੋੜ੍ਹੀਆਂ ਨਹੀਂ ਮੰਨ ਜੋੜਦੀਆਂ ਹੁੰਦੀਆਂ। ਜੀ ਸਭ ਤੋਂ ਪਹਿਲਾਂ ਨਾਮੀ ਜਥੇ ਆਪਣੇ ਪ੍ਰੋਗਰਾਮ ਬਣਾਇਆ ਉਹਨਾਂ ਨਾਮੀ ਜਥਿਆਂ ਦਾ, ਤੇ ਉਹਨਾਂ ਨੂੰ ਮੰਗਾਇਆ ਜਿਹੜੇ ਜਿਹਨਾਂ ਸੰਗਤ ਇੰਨੀ ਸੰਗਤ ਆਈ, ਇੰਨੀ ਸੰਗਤ ਆਈ, ਉਹਦੇ ਨਾਲ ਹੀ ਪੰਜਾਬੀ ਸਕੂਲ ਨਾਲ ਹੀ ਸੰਥਿਆ ਆਪਣੇ ਸ਼ੁਰੂ ਕੀਤੀ, ਨਾਲ ਹੀ ਆਪਣੇ ਗੱਤਕੇ ਵਾਲੀ ਗੱਤਕੇ ਵਾਲਾ ਟੀਚਰ ਰੱਖਿਆ, ਨਾ ਪੰਜਾਬੀ ਸਕੂਲ ਦੇ ਵਿੱਚ ਦੋ ਟੀਚਰ ਰੱਖੇ। ਉਸ ਤੋਂ ਬਾਅਦ ਮਤਲਬ ਫਿਰ ਉਸ ਤੋਂ ਬਾਅਦ ਜਿਹੜੀ ਰੈਨੋਵੇਸ਼ਨ ਸੀ ਗੁਰਦੁਆਰੇ ਦੀ, ਜੇ ਲੰਗਰ ਹਾਲ ਦੀ ਰੈਨੋਵੇਸ਼ਨ, ਉਹਦੇ ਵਿੱਚ ਵੀ ਆਪਣੇ ਮਤਲਬ ਪ੍ਰੋਬਲਮ ਸੀ, ਉਹ ਛੱਤ ਉੱਚੀ ਕੀਤੀ। ਫਿਰ ਉਸ ਤੋਂ ਬਾਅਦ ਛੱਤ ਲੀਕ ਕਰਦੀ ਸੀ ਆਪਣੇ 2007 ਆ ਗਿਆ। ਫਿਰ ਇਹਨੂੰ ਸਾਰੇ ਕਹਿੰਦੇ ਵਿੱਚ ਬੜਾ ਖਰਚਾ ਆਉਣਾ ਅਤੇ ਆਪਣੇ ਮਤਲਬ ਇਹਨੂੰ ਘੱਟੋ ਘੱਟ 4-5 ਦਿਨ ਲੱਗ ਜਾਣੇ ਆ, ਪਰ ਮੈਂ ਤੁਹਾਨੂੰ ਕਮਾਲ ਦੀ ਗੱਲ ਦੱਸਦਾ, ਜੋ ਪਰਮਾਤਮਾ ਦੀ ਕਿਰਪਾ ਹੁੰਦੀ ਆ, ਮੈਂ 40 ਆਦਿ ਸਟੇਟ ਮੈਂ ਇਹਨਾਂ ਨੂੰ ਫੋਨ ਕੀਤਾ, 40 ਜੋ 36 ਆਏ, 8 ਵਜੇ ਸ਼ੁਰੂ ਕੀਤੀ, ਪੁਰਾਣੀ ਛੱਤ ਸਾਰੀ ਲਾਈ, ਨਵੀਂ ਛੱਤ ਪਲਾਈਬੋਰਡ ਲਾਈ, ਤਾਂ 2 ਵਜੇ ਸਾਰਾ ਮੁਕੰਮਲ ਕਰਕੇ 6 ਘੰਟਿਆਂ ਵਿੱਚ 40 ਘੱਟੋ ਘੱਟ 250-300 ਵਲੰਟੀਅਰ ਹੋਣਗੇ ਜਿਹਨਾਂ ਨੇ ਸੇਵਾ ਕੀਤੀ ਆ। ਫਿਰ ਉਸ ਤੋਂ ਬਾਅਦ 2006 ਦੀ ਗੱਲ ਮੈਨੂੰ ਦੱਸਦਾ ਵੀ 3 ਮਹੀਨਿਆਂ ਵਿੱਚ ਕੀ ਹੋਇਆ। ਰਾਗੀ ਸਿੰਘ ਮੰਗਾਏ, ਉਸ ਤੋਂ ਬਾਅਦ ਆਪਣੇ ਖਾਲਸਾ ਦੀਵਾਨ ਸੈਟੀ ਵੈਨਕੂਵਰ ਦਾ 100 ਸਾਲਾ ਆ ਰਿਹਾ ਸੀ, ਉਹ ਆਪਣਾ ਫਰਜ਼ ਬਣਦਾ ਸੀ, ਆਪਾਂ ਵੀ ਉਹਦੇ ਅੰਗ ਸੀਗੇ। ਫਿਰ 100 ਸਾਲਾ ਮਨਾਇਆ ਗਿਆ ਦਸੰਬਰ ਮਹੀਨੇ ਵਿੱਚ, ਠੰਡ ਵੀ ਸੀ, ਪਰ ਉਹਦੇ ਵਿੱਚ ਸਾਰੀਆਂ ਮੇਨਲੈਂਡ ਦੀਆਂ ਸੰਗਤਾਂ ਨੇ, ਜਿਹਨਾਂ ਵੀ ਆਪਣੇ 100 ਸਾਲ ਵਿੱਚ ਆਪਣੇ ਕੋਈ ਵੀ ਕਾਰੋਬਾਰ ਕੀਤਾ ਸੀ, ਉਹਨਾਂ ਸਾਰਿਆਂ ਨੂੰ ਬੁਲਾਇਆ ਗਿਆ, ਸਾਰੀਆਂ ਸੋਸਾਇਟੀਆਂ ਨੂੰ ਬੁਲਾਇਆ ਗਿਆ, ਬੜਾ ਭਰਵਾਂ ਸਹਿਯੋਗ ਮਿਲਿਆ ਉਸ ਟਾਈਮ ਜੀ। ਚੜ੍ਹਦੀ ਕਲਾ ਟਾਈਮ ਟੀਵੀ ਨੌਰਥ ਅਮਰੀਕਾ ਦੇ ਵੱਲੋਂ ਔਰ ਸਿੱਖੀ ਚੈਨਲ ਦੇ ਵੱਲੋਂ ਇਹ ਅੱਜ ਸਰਦਾਰ ਹਰਭਜਨ ਸਿੰਘ ਜੀ ਅਟਵਾਲ ਜਿਹੜੇ ਨੇ ਅੱਜ ਸਾਡੇ ਨਾਲ ਜੁੜੇ ਹੋਏ ਨੇ, ਕਰੀਏ ਦਿਲ ਦੀਆਂ ਗੱਲਾਂ ਦੇ ਵਿਚਕਾਰ, ਔਰ ਅੱਜ ਦਾ ਵਿਸ਼ਾ ਵੀ ਸੇਵਾ ਤੇ ਸਮਰਪਣ ਹੈ, ਔਰ ਦੱਸ ਰਹੇ ਨੇ ਕਿੱਦਾਂ 1906 ਚ ਸਥਾਪਿਤ ਹੋਈ ਹੋਈ ਉਸ ਸੰਸਥਾ ਨੂੰ, ਔਰ ਜਿਹਨੇ 100 ਸਾਲਾਂ ਵੀ ਮਨਾਇਆ, ਔਰ 2006 ਚ ਆ ਕੇ 100 ਸਾਲ ਕੰਪਲੀਟ ਹੋ ਕੇ ਉਹਦੇ ਉੱਤੇ ਉਸ ਵਕਤ ਸੋਸਾਇਟੀਆਂ ਦੇ ਸਹਿਯੋਗ ਦੇ ਨਾਲ ਅੱਗੇ ਤੁਰਦੇ ਨੇ। ਕਿੱਦਾਂ ਇੱਕ ਵਿਅਕਤੀ ਪੰਜਾਬ ਦੇ ਪਿੰਡ ਤੋਂ ਤੁਰਦਾ ਹੈ, ਵਲੰਟਰੀਲੀ ਸੇਵਾ ਕਰਦਾ ਹੋਇਆ, ਮਨੁੱਖਤਾ ਦੀ ਸੇਵਾ ਕਰਦਾ ਹੋਇਆ, ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਦੀ ਝੋਲੀ ਉਹਨਾਂ ਦੀ ਸੇਵਾ ਪੈਂਦੀ ਹੈ, ਔਰ ਫਿਰ ਸੇਵਾ ਕਰਦੇ ਨੇ, ਔਰ ਕਿਵੇਂ ਕਿਵੇਂ ਉਹਦੀ ਇੰਪਰੂਵਮੈਂਟ ਹੁੰਦੀ ਹੈ, ਕਿਵੇਂ ਸੰਗਤ ਉੱਥੇ ਸਹਿਯੋਗ ਦਿੰਦੀ ਹੈ, ਗੁਰੂ ਆਪ ਬਖਸ਼ਿਸ਼ ਕਰਦਾ। ਅਗਰ ਤੁਹਾਡੇ ਕੋਲ ਵੀ ਜ਼ਿੰਦਗੀ ਦਾ ਕੋਈ ਤਜਰਬਾ ਹੈ ਔਰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਬੇਨਤੀ ਹੈ ਕਿ ਜਿੱਦਾਂ ਸਾਹ ਹਰਭਜਨ ਸਿੰਘ ਅਟਵਾਲ ਸਾਡੇ ਨਾਲ ਸਾਂਝੀਆਂ ਕਰ ਰਹੇ, ਤੁਸੀਂ ਵੀ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰੋ। ਅਗਰ ਆਪ ਚੜ੍ਹਦੀ ਕਲਾ ਟਾਈਮ ਟੀਵੀ ਨੌਰਥ ਅਮਰੀਕਾ ਦੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਤੇ ਆਪ ਜੀ ਦੇਖੋਗੇ ਈਮੇਲ ਐਡਰੈਸ ਹੈ ਸਾਡਾ ਜਗਜੀਤ ਸਿੰਘ ਦਰਦੀ ਹੋਰਾਂ ਦਾ, ਔਰ ਅਗਰ ਆਪ ਸਿੱਖੀ ਚੈਨਲ ਦੇਖ ਰਹੇ ਹੋ ਤੇ ਉਸ ਦੇ ਉੱਤੇ ਆਪ ਜੀ ਦੇਖ ਰਹੇ ਹੋ ਤਾਂ ਹਰਜੋਤ ਸ਼ਾਹ ਸਿੰਘ ਜੀ ਦਾ ਵਟਸਐਪ ਨੰਬਰ ਆ ਰਿਹਾ, ਔਰ ਆਪ ਜੀ ਉਹਨਾਂ ਨਾਲ ਵੀ ਸੰਪਰਕ ਕਰ ਸਕਦੇ ਹੋ। ਅਗਰ ਮੇਰੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤੇ ਸਕਰੀਨ ਤੇ ਨੰਬਰ ਆ ਰਿਹਾ +1 604 783 2331, ਯਾਨੀ ਕਿ 604-783-2331 ਦੇ ਉੱਤੇ ਆਪ ਜੀ ਨੂੰ ਵਟਸਐਪ ਕਰੋ, ਕਾਲ ਕਰੋ, ਮੈਂ ਆਪ ਜੀ ਨਾਲ ਗੱਲਾਂ ਵੀ ਕਰਾਂਗਾ ਔਰ ਆਪ ਜੀ ਦੇ ਦਿਲ ਦੀ ਭਾਵਨਾਵਾਂ ਨੂੰ ਦਰਸ਼ਕਾਂ ਤੱਕ ਪਹੁੰਚਾਵਾਂਗਾ, ਔਰ ਨਾਲ ਹੀ ਕਰਾਂਗੇ ਦਿਲ ਦੀਆਂ ਗੱਲਾਂ। ਆਪ ਕਿਸੇ ਵੀ ਜ਼ਿੰਦਗੀ ਦੇ ਅੰਦਰ ਕਿਸੇ ਪ੍ਰੋਫੈਸ਼ਨ ਨਾਲ ਜੁੜੇ ਹੋ, ਆਪ ਕਲਾਕਾਰ ਹੋ, ਆਪ ਡਾਕਟਰ ਹੋ, ਆਪ ਇੰਜੀਨੀਅਰ ਹੋ, ਆਪ ਰਾਗੀ ਸਾਹਿਬਾਨ ਹੋ, ਪ੍ਰਚਾਰਕ ਹੋ, ਆਪ ਪ੍ਰਬੰਧਕ ਹੋ, ਆਪ ਵਿਦਿਆਰਥੀ ਹੋ, ਆਪ ਟੀਚਰ ਹੋ, ਪ੍ਰਿੰਸੀਪਲ ਹੋ, ਰਿਟਾਇਰ ਹੋ, ਕੰਮ ਕਰਦੇ ਹੋ, ਸਾਨੂੰ ਉਹਦੇ ਨਾਲ ਮਤਲਬ ਨਹੀਂ। ਸਾਡੇ ਕੋਲ ਤਾਂ ਤੁਹਾਡੀ ਜ਼ਿੰਦਗੀ ਦਾ ਤਜਰਬਾ ਹੈ, ਕਈ ਵਾਰੀ 8 ਸਾਲ ਦਾ ਬੰਦਾ ਵੀ ਬੜੀ ਤਜਰਬੇ ਦੀ ਗੱਲਾਂ ਦੱਸ ਜਾਂਦਾ ਹੈ। ਤਾਂ ਇੱਦਾਂ ਹੀ ਸਾਹ ਹਰਭਜਨ ਸਿੰਘ ਅਟਵਾਲ ਜੀ ਨਾਲ ਅਗਲੇ ਹਿੱਸੇ ਗੱਲਾਂ ਕਰਦੇ ਪਏ ਹਾਂ। ਸਾਹ ਹਰਭਜਨ ਸਿੰਘ ਜੀ ਅਟਵਾਲ ਜੀ, ਤੁਸੀਂ ਦੱਸ ਰਹੇ ਸੋ ਕਿ 2006 ਦੇ ਵਿਚਕਾਰ ਤੁਸੀਂ 100 ਸਾਲਾਂ ਬਣਾ ਕੇ ਸਾਰੀਆਂ ਸੁਸਾਇਟੀਆਂ ਨੂੰ ਸਨਮਾਨਿਤ ਕੀਤਾ, ਉਸ ਤੋਂ ਬਾਅਦ ਕਿੱਦਾਂ ਦਾ ਸਫ਼ਰ ਸ਼ੁਰੂ ਹੁੰਦਾ? ਉਸ ਤੋਂ ਬਾਅਦ ਹੀ ਜਿਹੜੇ ਪ੍ਰੋਗਰਾਮ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਸ਼ੁਰੂ ਕੀਤੀ ਤੇ ਬਾਕੀ ਆਪਣੇ ਹਰੇਕ ਥਾਂ ਮਤਲਬ ਟੀਚਰ ਰੱਖੇ ਆ। ਮਤਲਬ ਉਸ ਤਰ੍ਹਾਂ ਨਹੀਂ ਮਤਲਬ ਵੀ ਆਪਾਂ ਮਤਲਬ ਅੱਜ ਪ੍ਰੋਗਰਾਮ ਕਰ ਲਈਏ ਤੇ ਕੱਲ੍ਹ ਨੂੰ ਜਿਹੜਾ ਪ੍ਰੋਗਰਾਮ ਵਿੱਚ ਕੋਈ ਨਾ ਆਵੇ, ਵਲੰਟੀਅਰ ਹਰੇਕ ਨੂੰ ਆਪਾਂ ਪੇ ਕਰਦੇ ਹਾਂ ਤੇ ਸੰਗਤਾਂ ਸਹਿਯੋਗ ਦਿੰਦੀਆਂ ਹੈਗੀਆਂ, ਤੇ ਇਸ ਤਰੀਕੇ ਨਾਲ ਆਪਣੇ ਮਤਲਬ ਉਹ ਬਾਤਕੇ ਦੀ ਟੀਮ ਆ, ਉਹ ਵੀ ਆਪਣੇ ਮਤਲਬ ਹੁਣ ਤੱਕ ਚੱਲਦੀ ਆ, ਸਾਰੇ ਪ੍ਰੋਗਰਾਮ ਹੁਣ ਚੱਲਦੇ ਆ, ਪਰ ਕੋਵਿਡ-19 ਦਾ ਕਰਕੇ ਮਾਰਚ ਤੋਂ ਲੈ ਕੇ ਸਾਰੇ ਪ੍ਰੋਗਰਾਮ ਬੰਦ ਕੀਤੇ ਹਨ, ਬਹੁਤੇ ਪ੍ਰੋਗਰਾਮ ਔਨਲਾਈਨ ਚੱਲਦੇ ਹਨ। ਤੇ ਇਸ ਕਰਕੇ ਮਤਲਬ ਜਿਹੜੀ 2 ਕਲਾਸਾਂ ਸਿਰਫ ਬੱਚਿਆਂ ਵਾਸਤੇ ਇੱਥੇ, ਨੌਜਵਾਨਾਂ ਵਾਸਤੇ ਜਿਹੜੇ ਇੱਥੇ ਬੱਚੇ ਹੈਗੇ ਜਾਂ ਇੰਡੀਆ ਤੋਂ ਆਏ ਆ, ਉਹਨਾਂ ਵਾਸਤੇ ਫਰਾਈਡੇ ਨਾਈਟ ਆਪਣੇ 7 ਤੋਂ 9 ਤੱਕ ਉਹਨਾਂ ਨੇ ਸੇਵਾ ਕਰਨੀ ਹੁੰਦੀ, ਗੁਰਦੁਆਰਾ ਸਾਹਿਬ ਰਹਿਰਾਸ ਪਾਠ ਤੋਂ ਬਾਅਦ ਸਾਰੀ ਸੇਵਾ ਉਹਨਾਂ ਨੇ ਸੰਪੂਰਨ ਕਰਨੀ ਆ ਤੱਕ।
ਫਿਰ ਉਦੋਂ ਬਾਅਦ ਇੱਕ ਪ੍ਰੋਗਰਾਮ 11 ਤੋਂ 12:30 ਵਜੇ ਤੱਕ 1.5 ਘੰਟਾ ਹੁੰਦਾ, ਉਹਦੇ ਵਿੱਚ ਸਾਰੇ ਆ ਸਕਦੇ ਆ ਐਤਵਾਰ। ਉਹਦੇ ਵਿੱਚ ਪ੍ਰੋਫੈਸ਼ਨਲ ਜਿਹੜੇ ਆਦਮੀਆਂ ਨੇ ਮਤਲਬ ਆਪਣੇ ਕੰਮ ਕੀਤਾ, ਕੋਈ ਵਕੀਲ ਹੁੰਦਾ ਆ, ਕੋਈ ਡਾਕਟਰ ਹੁੰਦਾ ਆ ਜਾਂ ਹੋਰ ਕੋਈ ਹੁੰਦਾ ਆ, ਉਹ ਸਪੈਸ਼ਲ ਆਉਂਦਾ, ਉਹ ਬੱਚਿਆਂ ਦੱਸਦਾ ਵੀ ਕਿੱਦਾਂ ਮਤਲਬ ਆਪਾਂ ਰਹਿਣਾ ਚਾਹੀਦਾ। ਫਿਰ ਜੇ ਡਰੱਗ ਦਾ ਆਮ ਚੱਲਿਆ ਸੀਗਾ, ਉਹਦੇ ਉੱਤੇ ਵੀ ਕੋਈ ਨਾ ਕੋਈ ਆਦਮੀ ਪੁਲਿਸਮੈਨ ਜਾਂ ਹੋਰ ਬਾਹਰੋਂ ਮੰਗਾ ਕੇ ਉਹਨਾਂ ਨੂੰ ਬਸ ਦੱਸਿਆ ਜਾਂਦਾ। ਇਸ ਕਰਕੇ ਨਾਲ ਨਾਲ ਹਰੇਕ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਂਦੇ ਆ ਜੀ। ਇਸ ਤੋਂ ਇਲਾਵਾ ਹੋਰ ਕੋਈ ਤੁਸੀਂ, ਕਿਉਂਕਿ COVID-19 ਦੇ ਅੰਦਰ ਸਾਰੇ ਦੁਨੀਆ ਦੇ ਅੰਦਰ ਇਹ ਮਹਾਮਾਰੀ ਫੈਲੀ ਹੋਈ ਹੈ, ਔਰ ਗੁਰਦੁਆਰਾ ਸਾਹਿਬ COVID-19 ਦੇ ਉੱਤੇ ਕਿੱਦਾਂ ਲੋਕਲ ਸੰਤਾਂ ਦੇ ਸਹਿਯੋਗ ਦੇ ਨਾਲ ਮਨੁੱਖਤਾ ਦੀ ਸੇਵਾ ਵਾਸਤੇ ਆਪਣੇ ਆਪ ਨੂੰ ਸਮਰਪਣ ਕਰ ਰਿਹਾ ਹੈ? ਉਹ ਭਾਈ ਸਾਹਿਬ ਜੀ, ਆਪਣੇ ਮੈਂ ਤੁਹਾਨੂੰ ਦੱਸਦਾ ਹੈਗਾ ਵੀ ਆਪਣੇ ਪਿਛਲੇ ਹੀ ਆਪਣੇ ਮਤਲਬ ਜਿਹੜਾ ਹੁਣ 25 ਮਈ ਲੰਘ ਕੇ ਗਈ ਆ, ਤੇ ਪਹਿਲਾਂ ਅਸੀਂ 1 ਮਾਰਚ ਵਿੱਚ ਇਹ ਸ਼ੁਰੂ ਹੋਇਆ ਸੀ। ਉਸ ਤੋਂ ਬਾਅਦ ਜੋ ਆਪਣੇ ਹੈਲਥ ਦੇ ਹੈਗੇ ਆਪਣੇ ਲਾਕਡਾਊਨ, ਉਹਦੇ ਤੋਂ ਅਸੀਂ ਇੱਕ ਵੀ ਮਤਲਬ ਇੱਧਰ ਉੱਧਰ ਨਹੀਂ ਹੋਏ, ਅਤੇ ਗੁਰਦੁਆਰਾ ਸਾਹਿਬ ਹੁਣ ਤੱਕ ਪੂਰਾ ਮਤਲਬ ਆਪਣੇ ਠੀਕ ਚੱਲਦਾ ਹੈਗਾ, ਕੋਈ ਪ੍ਰੋਬਲਮ ਨਹੀਂ ਆਈ। ਪਰ 25 ਮਈ ਨੂੰ ਵੈਕਸੀਨ ਲਾਈ ਗਈ, ਜੇ 400 ਤੋਂ ਉੱਪਰ ਆਪਣੇ ਆਏ ਆ, ਉਹਨਾਂ ਨੂੰ ਸਾਰਿਆਂ ਨੂੰ ਹਰੇਕ ਤਰ੍ਹਾਂ ਹੀ ਮਤਲਬ ਸਹਿਯੋਗ ਮਿਲਿਆ, ਅਤੇ ਪਰਮਾਤਮਾ ਦੀ ਬੜੀ ਕਿਰਪਾ ਹੋਈ, ਅਤੇ ਬੜੇ ਹੈਲਥ ਡਿਪਾਰਟਮੈਂਟ ਵਾਲੇ ਬੜੇ ਮਤਲਬ ਚੰਗਾ ਸਮਝਿਆ। ਉਹਨਾਂ ਦੇ ਆਉਣ ਤੋਂ ਪਹਿਲਾਂ ਜੋ ਵੀ ਉਹ ਚੀਜ਼ ਚਾਹੁੰਦੇ ਸੀ ਉਹ ਪ੍ਰੋਪਰ ਤਰੀਕੇ ਨਾਲ ਸੈਟਲ ਕੀਤੀ ਗਈ ਸੀ ਆਪਣੀ। ਤੇ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਵੀ ਆਪਣੇ 2007 ਵਿੱਚ ਫਿਰ ਆਪਣੇ 2007 ਵਿੱਚ ਗੁਰੂ ਨਾਨਕ 2006-07 ਵਿੱਚ ਗੁਰੂ ਨਾਨਕ ਫਰੀ ਕਿਚਨ ਸ਼ੁਰੂ ਕੀਤਾ ਸੀ, ਜਿਹੜਾ ਕਿ ਆਪਣੇ ਮਨੁੱਖਤਾ ਵਾਸਤੇ, ਭੁੱਖਿਆਂ ਵਾਸਤੇ, ਹੋਮਲੈਸ ਵਾਸਤੇ, ਉਹ ਅੱਜ ਪੂਰੀਆਂ ਮਤਲਬ ਪਾਬੰਦੀਆਂ ਪੂਰੀਆਂ ਆਪਣੇ ਨੰਬਰ 1 ਤੇ ਚੱਲ ਰਿਹਾ ਹੈਗਾ, ਅਤੇ ਉਹਦੇ ਵਿੱਚ ਬਹੁਤ ਨੌਜਵਾਨ ਜਿਹੜੇ ਇੱਥੇ ਜੰਮ ਪਲ ਹੈਗੇ ਉਹ ਚਲਾ ਰਹੇ, ਪਰ ਸਰਵਿਸ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸਿਰ ਦੇ ਲੰਗਰ ਪਾਣੀ ਸਭ ਕੁਝ ਚੱਲਦਾ, ਅਤੇ ਤਿੰਨੀ ਥਾਈਂ ਮਾਰਚ ਤੋਂ ਲੈ ਕੇ ਤਿੰਨੀ ਥਾਈਂ ਫਿਰ ਸਿਟੀ ਦਾ ਫੋਨ ਆਇਆ, ਨਿਊ ਇਨਵੈਸਟਮੈਂਟ ਸਿਟੀ ਹਾਲ ਦੇ ਵਿੱਚੋਂ ਵੀ ਤੀ 2 ਥਾਂ ਹੋਰ ਇੱਥੇ ਸਾਡੇ ਆਪਣੇ ਲੰਗਰ ਭੇਜਿਆ ਕਰੋ ਹੋਮਲੈਸ ਵਾਸਤੇ, 2 ਥਾਂ ਉੱਥੇ ਜਾਂਦਾ, 1 ਥਾਂ ਬੈਨਕੂਰ ਜਾਂ 4 ਵਾਰ 4 ਥਾਈਂ ਲੰਗਰ ਆਪਣੇ ਵੀਕ ਦਾ 3 ਜਾਂ 4 ਟਾਈਮ ਜਾਂਦਾ ਹੈਗਾ ਗੁਰਦੁਆਰਾ ਸਾਹਿਬ ਤੋਂ, ਜਿਹੜਾ ਮਤਲਬ ਆਪਣਾ ਫਰਜ਼ ਬਣਦਾ ਵੀ ਆਪਾਂ ਜੇ ਕੋਈ ਭੁੱਖਾ ਹੈ ਤਾਂ ਉਹਨੂੰ ਆਪਣੇ ਲੰਗਰ ਪਾਣੀ ਸੇਵਾਵਾਂ ਕਰੀਏ। ਅਤੇ ਫਿਰ ਉਦੋਂ ਬਾਅਦ ਨਗਰ ਕੀਰਤਨ ਆ ਜਾਂਦਾ ਆਪਣਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਦਾ ਦਿਖ 'ਤੇ 2007 ਵਿੱਚ, ਜਿਹੜਾ ਜੂਨ ਦਾ ਮਹੀਨਾ ਆਪਣੇ ਐਂਡ ਆਉਂਦਾ ਐਤਵਾਰ ਉਸ 'ਤੇ ਹੁੰਦਾ, ਉਹਨਾਂ ਵਿੱਚ 15 ਲੈ ਕੇ 25,000 ਆਪਣੇ ਆਉਂਦੇ ਆ, ਪਰ ਰਾਜ ਕੋਈ ਸਟਾਲ ਨਹੀਂ ਹੁੰਦਾ। ਮਤਲਬ ਇੱਥੋਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਆਪਣੇ ਪੰਜਾਂ ਪਿਆਰਿਆਂ ਦੀ ਰਮਾਈ ਥੱਲੇ 9 ਵਜੇ ਚਾਲੇ ਪਾਉਂਦੇ ਆ, ਅਤੇ ਲਾਗੇ ਆਪਣੇ ਕਮਿਊਨਿਟੀ ਸੈਂਟਰ ਆ ਜਿਹੜਾ ਕੇਸ ਹੋ ਗਈ, ਉਹਦੇ ਵਿੱਚ ਸਾਰਾ ਇੱਕ ਦਿਨ ਪਹਿਲਾਂ ਜੋ ਟੈਂਟ ਆ, ਜੋ ਸਟੇਜ ਆ, ਸਾਰੀ ਬਣਾਉਣੀ, ਉਹ ਤਕਰੀਬਨ 2 ਦਿਨ ਲੱਗ ਜਾਂਦੇ। ਉਸ ਤੋਂ ਬਾਅਦ ਫਿਰ ਸਾਰਾ ਪ੍ਰੋਗਰਾਮ ਉਹਦੇ ਵਿੱਚ, ਉਦੋਂ ਪਹਿਲਾਂ 10 ਦਿਨ ਦਾ ਪ੍ਰੋਗਰਾਮ ਹਰ ਆਤਮ ਰਸ ਕੀਰਤਨ ਹੁੰਦਾ ਹੈਗਾ ਗੁਰਦੁਆਰਾ ਸਾਹਿਬ, ਉਹਨਾਂ ਵਿੱਚ 3 ਜਥੇ ਸਪੈਸ਼ਲ ਇੰਡੀਆ ਤੋਂ ਆਉਣੇ ਹੈਗੇ ਆ, ਉਹਨਾਂ ਤਿੰਨਾਂ ਨੇ ਬੈਠ ਕੇ ਸਟੇਜ ਤੋਂ 7 ਤੋਂ 9 ਤੱਕ 2 ਘੰਟੇ ਹਰ ਰੋਜ਼, ਅਤੇ 10ਵਾਂ ਦਿਨ ਆਪਣੇ ਨਗਰ ਕੀਰਤਨ ਵਿੱਚ ਜਾ ਕੇ ਕੀਰਤਨ, ਉਹਦੇ ਵਿੱਚ ਕਥਾਬਾਜ ਹੋਣੇ ਆ, ਢਾਡੀ ਦਰਬਾਰ ਹੋਣਾ, 9-11 ਵਜੇ ਉੱਥੇ ਸ਼ੁਰੂ ਪ੍ਰੋਗਰਾਮ ਹੋ ਜਾਂਦਾ, ਤਾਂ 5 ਵਜੇ ਤੱਕ ਰਹਿਣਾ, ਅਤੇ ਉਹਦੇ ਵਿੱਚ ਗੱਤਕੇ ਦੇ ਜੋਹ ਦਿਖਾਉਂਦੇ ਆ, ਮਤਲਬ ਮੁਕਾਬਲਾ ਹੁੰਦਾ, ਦਸਤਾਰ ਮੁਕਾਬਲਾ ਹੁੰਦਾ, ਉਹਦੇ ਵਿੱਚ ਮਤਲਬ ਇਹੋ ਜਿਹਾ ਆਪਣੇ ਇਨਸਾਨ ਆ ਜਿਹੜੀ ਸੰਗਤ ਆ ਉਹ ਇੰਨਾ ਲਾਈਕ ਕਰਦੀ ਆ, ਜੈਨ ਆਪਣੇ ਕੀਰਤਨ ਸੁਣਨਾ ਕੀਰਤਨ ਸੁਣਨ, 50 ਤੋਂ ਵੱਧ ਖਾਣੇ ਦੇ ਸਟਾਲ ਹੁੰਦੇ ਆ, ਸਾਰਾ ਪ੍ਰੋਗਰਾਮ ਉਸੇ ਸਕੂਲ ਦੀ ਗਰਾਊਂਡ ਵਿੱਚ ਹੀ ਹੁੰਦਾ, ਬਾਹਰ ਕੋਈ ਪ੍ਰੋਗਰਾਮ ਨਹੀਂ ਹੁੰਦਾ। ਉਹਦੇ ਵਿੱਚ ਚੇਹਰਾ ਵੀ ਹੁੰਦੀਆਂ, ਕੋਈ ਬੈਠ ਨਹੀਂ ਸਕਦਾ, ਆਪਣਾ ਬੈਠ ਲਵੇ, ਜਾਣੇ ਕਿਤੇ ਗਾਹ ਚ ਜਾਣਾ ਜਿੱਥੇ ਮਰਜ਼ੀ। ਪਰ ਹਾਂਜੀ ਹਾਂਜੀ ਜੀ ਜੀ ਕਹਿ ਰਹੇ ਹੋ, ਤੇ ਤੁਸੀਂ ਇਹ ਦੱਸ ਰਹੇ ਸੀ ਕਿ 2006-07-08 ਗਾਹ ਅਗਲੇ ਜਿਹੜੇ ਸਾਲਾਂ ਦੇ ਵਿਚਕਾਰ ਤੁਸੀਂ ਕਿਹੜੇ ਕਿਹੜੇ ਤੁਹਾਡੇ ਤੁਹਾਡੇ ਕੋਲੋਂ ਗੁਰੂ ਨੇ ਬਖਸ਼ਿਸ਼ ਸੇਵਾਵਾਂ ਲਈਆਂ ਨੇ, ਉਹ ਸਾਨੂੰ ਸੰਖੇਪ ਹੀ ਦੱਸਣ ਦੀ ਕਿਰਪਾਲਤਾ ਕਰੋ, ਤਾਂ ਕਿ ਅਸੀਂ ਅਗਲੇ ਸਵਾਲ ਵੱਲ ਤੁਰ ਸਕੀਏ, ਕਿਰਪਾ ਕਰਕੇ ਦੱਸੋ ਜੀ। ਹਾਂਜੀ, ਉਦੋਂ ਬਾਅਦ ਜਿਹੜਾ ਫਿਰ ਆਪਣੇ ਨਿਊ ਵੈਸਟਮੈਂਟ ਵਿੱਚ ਆਪਣੇ ਇਹਨਾਂ ਦੀ ਵੀ ਆਪਣੇ ਗੋਰਿਆਂ ਦੀ ਵੀ ਇੱਕ ਪਰੇਡ ਹੁੰਦੀ ਆ, ਉਹਦੇ ਵਿੱਚ ਆਪਾਂ 2 ਵਜੇ ਤੋਂ ਹਰੇਕ ਸਾਲ ਉਹਦੇ ਵਿੱਚ ਸ਼ਾਮਿਲ ਹੁੰਦੇ ਹੈਗੇ ਆ। ਫਿਰ ਉਸ ਤੋਂ ਬਾਅਦ ਆਪਣੇ 150 ਸਾਲ ਆਪਣਾ ਕੈਨੇਡਾ ਡੇ ਆ ਜਾਂਦਾ 1 ਜੁਲਾਈ, ਉਹਦੇ ਵਿੱਚ ਸਪੈਸ਼ਲ ਫਲੋਟ ਆਪਾਂ ਬਣਾਇਆ ਹਰਿਮੰਦਰ ਸਾਹਿਬ ਦਾ, ਉਹ ਬੈਨਕੂਰ ਪਹੁੰਚੇ, ਉਹਦੇ ਸਿਮਰਨ ਕੀਤਾ, ਔਰ ਇੰਨੀਆਂ ਮਤਲਬ ਉੱਥੇ ਦੀ ਜਿਹੜੀ ਕਮਿਊਨਿਟੀਆਂ ਸਾਰੀਆਂ ਮਤਲਬ ਆਈਆਂ ਹੋਈਆਂ ਸੀ, ਉਹਨਾਂ ਨੇ ਬੜਾ ਉਹਨੂੰ ਪਸੰਦ ਕੀਤਾ। ਫਿਰ 2014 ਵਿੱਚ ਜਿਹੜੇ ਫਸਟ ਨੇਸ਼ਨ ਆ ਉਹਨਾਂ ਨਾਲ ਸਾਡੀ ਕਨਵੈਨਸ਼ਨ ਹੋਈ PNE ਵਿੱਚ, ਅਤੇ ਉਦੋਂ ਬਾਅਦ 18-19 ਵਿੱਚ ਦੁਬਾਰਾ ਫਿਰ ਇੱਥੇ ਸੱਦੇ ਉਹ,
ਉਹਨਾਂ ਨੇ ਆਪਣੇ ਆਪਣਾ ਆਪਣੇ ਧਨ ਬਾਰੇ ਦੱਸਿਆ ਅਤੇ ਆਪਾਂ ਉਹਨਾਂ ਵੇਲੇ 50 ਦੇ ਲਾਗੇ ਸੀ, ਉਹਨਾਂ ਲੰਗਰ ਪਾਣੀ ਛਕਾਇਆ ਅਤੇ ਉਹਨਾਂ ਨੂੰ ਅਸੀਂ ਸ੍ਰੀ ਸਾਹਿਬ ਭੇਟ ਕੀਤੀ ਜੀ। ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਭਾਈ ਮੇਵਾ ਸਿੰਘ, ਭਾਈ ਮੇਵਾ ਸਿੰਘ ਲੁੱਪ ਹੋ ਗਏ, ਭਾਈ ਮੇਵਾ ਸਿੰਘ ਹਾਂਜੀ ਸ਼ਹੀਦ ਭਾਈ ਭਾਈ ਮੇਵਾ ਸਿੰਘ ਲੁੱਪ ਹੋ ਗਏ। ਉਹਨਾਂ ਨੂੰ ਆਪਣੇ ਵੱਲ ਫਾਈ ਸੀ, ਆਪਣੇ ਇਨਵੈਸਟਮੈਂਟ ਜੇਲ੍ਹ ਹੁੰਦੀ ਸੀ ਆਪਣੇ ਉਹਦੇ ਵਿੱਚ, ਅਤੇ ਉਸ ਕਰਕੇ ਉਹਨੂੰ ਉਸ ਟਾਈਮ ਕ੍ਰਿਮੀਨਲ ਸਮਝਿਆ ਜਾਂਦਾ ਸੀ। ਮੰਨ ਲਓ 1911 ਜਨਵਰੀ 1915 ਨੂੰ ਆਈ ਸੀ। ਫਿਰ ਸਿਟੀ ਵਾਲਿਆਂ ਨੂੰ ਉਹਨਾਂ ਦੀ ਪੂਰੀ ਦੱਸੀ ਵੀ ਹਿਸਟਰੀ ਕੀ ਹੈ, ਕੀ ਨਹੀਂ, ਉਸ ਟਾਈਮ ਕਿੱਦਾਂ ਸੀ, ਮੈਂ ਡਿਸਕ੍ਰਿਮੀਨੇਸ਼ਨ ਸੀਗਾ। ਉਹਦੇ ਨਾਲ ਫਿਰ ਆਪਣੇ ਸਿਟੀ ਵਾਲਿਆਂ ਨੇ ਵੀ ਸਭ ਉਹਦੀ ਹਿਸਟਰੀ ਪੜ੍ਹੀ, ਤਾਂ ਉਦੋਂ ਬਾਅਦ ਆਪਣੇ ਪਿਛਲੇ ਸਾਲ 2020 ਨੂੰ ਉਹਨਾਂ ਨੂੰ ਬਾਅਦ ਸ਼ਹੀਦੀ ਬੰਨਿਆ ਗਿਆ, ਤਾਂ 11 ਜਨਵਰੀ ਮੇਵਾ ਸਿੰਘ ਡੇ ਉਹਨਾਂ ਨੇ ਆਪਣੇ ਇਤਿਹਾਸ ਵਿੱਚ ਲਿਖ ਲਿਆ। ਸਾਰੀ ਕੌਂਸਲ ਨੇ ਸਰਪੰਚ ਦਾ ਮਤਾ ਪਾਸ ਕੀਤਾ ਜੀ। ਉੱਥੇ ਫਿਰ ਆਪਣਾ ਰੇਡੀਓ ਥਾਨ ਕੀਤਾ ਗਿਆ, ਰੇਡੀਓ ਨੇ ਪੂਰਾ ਸਹਿਯੋਗ ਦਿੱਤਾ। ਤੇ ਇੱਥੋਂ ਜਾ ਕੇ ਆਪਣੇ ਦੋ ਜਣੇ ਗਏ ਸੀ ਆਪਣੇ ਖਾਲਸਾ ਦੀਵਾਨ ਸੈਡੀ ਵਿੱਚੋਂ ਮੈਂਬਰ, ਤੇ 3 ਜਣੇ ਗਏ ਸੀ ਰੇਡੀਓ ਸ਼ੇਰੇ ਪੰਜਾਬ। ਆਪਾਂ ਨੂੰ ਬਾਅਦ ਦੱਸਣਾ ਚਾਹੀਦਾ ਕਿੱਥੋਂ ਮਾਲੇ ਮੱਤ ਹੋਈ ਆ। 5 ਜਣੇ ਜਾ ਕੇ ਪਾਕਿਸਤਾਨ ਵਿੱਚ 1,27,000 ਡਾਲਰ ਦੇ ਕੇ ਆਏ ਸੀ। ਉਹਨਾਂ ਨੇ ਫਿਰ ਉੱਥੇ ਕੌਮ ਵਾਸਤੇ ਸਕੂਲ ਦੇ ਨਾਂ ਉੱਤੇ ਸਕੂਲ ਹੀ ਬਣਾਇਆ ਹੈ, ਅਤੇ ਸ੍ਰੀਨਗਰ ਵਿੱਚ ਵੀ ਆਪਣੇ 18,000 ਡਾਲਰ ਉੱਥੇ ਭੇਜਿਆ ਗਿਆ ਸੀ। ਹਾਂਜੀ ਸੋ ਸਰ ਭਜਨ ਸਿੰਘ ਜੱਟਵਾਲ ਜੀ, ਤੁਹਾਡੇ ਜਰਾ ਸੰਖੇਪ ਹੀ ਦੱਸ ਦਿਓ, ਜਲਦੀ ਜਲਦੀ ਪੁਆਇੰਟ ਦੱਸ ਦਿਓ, ਤਾਂ ਕਿ ਫਿਰ ਸਾਡੇ ਕੋਲ ਸਮਾਂ ਖਤਮ ਹੁੰਦਾ ਪਿਆ, ਅੱਧੇ ਘੰਟੇ ਦਾ ਸਮਾਂ ਹੈ ਤੇ ਖਤਮ ਹੁੰਦਾ ਪਿਆ, ਕੀ ਜਲਦੀ ਜਲਦੀ ਦੱਸ ਦਿਓ ਜੀ। ਅੱਛਾ ਜੀ, ਪੋਰਟ ਜਿਹੜਾ ਆਪਣੇ ਉਸ ਤੋਂ ਬਾਅਦ ਫਿਰ ਆਪਣੇ ਅਲਬਰਟਾ ਵਿੱਚ ਜਿਹੜਾ ਆਪਣੇ ਹੋਈ ਸੀ ਫਾਇਰ ਵਗੈਰਾ ਦੇ ਨਾਲ ਨੁਕਸਾਨ ਹੋਇਆ ਸੀ, ਉੱਥੇ ਮਾਇਆ ਭੇਜੀ ਗਈ ਜੀ। ਫਿਰ ਉਸ ਤੋਂ ਬਾਅਦ ਆਪਣੇ ਚਿਲੀ ਭੇਜੀ ਗਈ ਆਪਣੇ, ਤੇ ਪਿੰਡ ਲੁੱਪ ਹੋ ਗਏ। ਪਿਛਲੇ ਸਾਲ ਆਪਣੇ 50,000 ਡਾਲਰ ਆਪਣਾ ਖਰਚਿਆ ਹੈਗਾ, ਉਹ ਸਕੂਲ ਬਣਾਇਆ ਗਿਆ ਭਾਈ ਮਹਿਮ ਸਿੰਘ ਦੇ ਨਾਂ 'ਤੇ, ਆਪਣੇ ਸ਼ਹੀਦ ਭਾਈ ਮਹਿਮ ਸਿੰਘ ਦੇ ਨਾਂ 'ਤੇ ਕੈਨੇਡੀਅਨ। ਉਸ ਤੋਂ ਬਾਅਦ 30,000 ਡਾਲਰ ਆਪਣੇ ਭੇਜਿਆ ਹੈਗਾ ਹੈਲੀਫੈਕਸ, ਇੱਕ ਗੁਰਦੁਆਰੇ ਛੱਤ ਬਲਬ ਨਹੀਂ ਸੀ ਪੈਂਦੀ ਉਦੋਂ, ਠੰਡ ਆ ਰਹੀ ਸੀ, ਉਹਨਾਂ ਬੇਨਤੀ ਕੀਤੀ, 30,000 ਉੱਥੇ ਭੇਜਿਆ, ਅਤੇ 31,000 ਉੱਥੇ ਭੇਜਿਆ, 30,000 ਮਤਲਬ ਕਿਸਾਨ ਮੋਰਚੇ ਵਾਸਤੇ ਆਪਣੇ ਉਹਨਾਂ ਨੂੰ ਜੋ ਚੀਜ਼ ਚਾਹੀਦੀ, ਜੋ ਦਵਾਈਆਂ ਜਾਂ ਹੋਰ ਕੋਈ ਚੀਜ਼ ਜੋ ਵੀ ਚਾਹੀਦਾ ਉਹਨਾਂ ਵਾਸਤੇ ਭੇਜਿਆ ਗਿਆ ਜੀ। ਇਸ ਕਰਕੇ ਨਾਲ ਨਾਲ ਆਪਣੇ ਮਨੁੱਖਤਾ ਦੀ ਵੀ ਸੇਵਾ ਨਾਲ ਨਾਲ ਰੱਖੀ ਗਈ ਆ ਜੀ। ਹਾਂਜੀ, ਤੇ ਉਸ ਤੋਂ ਬਾਅਦ ਹਰਭਜਨ ਸਿੰਘ ਜੱਟਵਾਲ ਜੀ, ਹਾਂਜੀ, ਤੋ ਮੇਰੀ ਬੇਨਤੀ ਹੈ ਕਿ ਬਹੁਤ ਸੇਵਾਵਾਂ ਨੇ ਜਿਹੜੀਆਂ, ਮੈਨੂੰ ਲੱਗਦਾ ਕਿ ਮੈਂ ਤੁਹਾਡਾ ਪ੍ਰੋਫਾਈਲ ਦੇਖ ਰਿਹਾ ਸੀ ਕਿ ਮੈਂ ਤਾਂ ਪੜ੍ਹਦਾ ਪੜ੍ਹਦਾ ਥੱਕ ਗਿਆ ਸੀ, ਤੇ ਗੁਰੂ ਨੇ ਤੁਹਾਡੇ ਕੋਲ ਸੇਵਾਵਾਂ ਇੰਨੀਆਂ ਲਈਆਂ ਨੇ। ਮੈਂ ਤੁਹਾਡੇ ਕੋਲ ਅਖੀਰ 'ਚ ਜਾਂਦੇ ਜਾਂਦੇ ਇੱਕ ਸਵਾਲ ਪੁੱਛਣਾ ਚਾਹੁੰਦਾ ਵਾਂ ਕਿ ਤੁਹਾਡੀਆਂ ਹੁਣ ਪ੍ਰਾਇਓਰਟੀਜ਼ ਕੀ ਨੇ, ਕਿ ਫਿਊਚਰ ਦੇ ਅੰਦਰ ਤੁਸੀਂ ਕੀ ਕਰਨਾ ਚਾਹੁੰਦੇ ਹੋ, ਬੜੇ ਸੰਖੇਪ ਹੀ ਦੱਸ ਦਿਓ, 1-2 ਮਿੰਟ ਦਾ ਸਮਾਂ ਸਾਰਾ। ਹਾਂਜੀ, ਇੱਕ ਤਾਂ ਨਵਾਂ ਹੁਣ ਫਲੋਟ ਬਣ ਰਿਹਾ ਜੀ ਆਪਣੇ ਵੱਲ, ਜਿਹੜੇ ਨਗਰ ਕੀਰਤਨ ਵਾਸਤੇ ਨਵਾਂ ਫਲੋਟ ਬਣਾ ਰਹੇ ਹਾਂ, ਅਤੇ ਦੂਜਾ ਇਹ ਆ ਵੀ ਆਪਣੇ ਇਹੋ ਹੀ ਯਾਦ ਰੱਖਿਆ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੈਡ ਸੁਖਦਾਰ, ਵੀ ਜਿਹੜੇ ਬੱਚੇ ਆ ਉਹਨਾਂ ਵਾਸਤੇ ਮਤਲਬ ਜੋ ਵੀ ਮਤਲਬ ਆਪਣੇ ਖਰਚਾ ਕਰਨਾ ਪਵੇ ਜਾਂ ਕੋਈ ਵੀ ਚੀਜ਼ ਹੋਵੇ, ਸਾਰੀ ਪ੍ਰਾਇਓਰਟੀ ਆਪਣੇ ਜੋਸ ਵਾਸਤੇ ਆ ਵੀ ਉਹਨਾਂ ਨਾਲ ਕਿੱਦਾਂ ਜੋੜਨਾ ਹੈਗਾ, ਤਾਂ ਦੂਜਾ ਜਿਹੜੇ ਮਾੜੇ ਕੰਮਾਂ ਵਿੱਚ ਆ ਉਹਨਾਂ ਨੂੰ ਰੋਕਣਾ ਜੀ ਆਪਣੇ, ਜੇ ਬੱਚੇ ਮਾੜੇ ਕੰਮਾਂ ਸਿੰਘ ਜੀ। ਹਾਂ ਮੈਂ ਸਮਝ, ਨਹੀਂ ਠੀਕ ਹੈ, ਨਵੀਂ ਪਨੀਰੀ ਨੂੰ ਨਵੀਂ ਜਨਰੇਸ਼ਨ ਨੂੰ ਸੰਭਾਲਣ ਦੀ ਲੋੜ ਹੈ, ਕਿਉਂਕਿ ਜੇ ਆਪਾਂ ਇਹ ਬਿਹਤਰੀਨ ਗੁਰਦੁਆਰੇ ਸ਼ਾਨਦਾਰ ਇਮਾਰਤਾਂ ਖੜੀਆਂ ਕਰਤੀਆਂ, ਲੇਕਿਨ ਉਸ ਦੇ ਵਿਚਕਾਰ ਅੱਗੋਂ ਸੰਭਾਲਣ ਵਾਲੇ ਗੁਰਸਿੱਖ ਨਾ ਹੋਏ, ਤਾਂ ਫਿਰ ਇੱਕ ਬੜਾ ਵੱਡਾ ਪ੍ਰਸ਼ਨ ਸਾਰੀ ਕੌਮ ਦੇ ਸਾਹਮਣੇ ਲੱਗ ਜਾਏਗਾ। ਸੋ ਇਹਨੂੰ ਬਹੁਤ ਜ਼ਰੂਰੀ ਹੈ ਕਿ ਨਵੀਂ ਪਨੀਰੀ ਨੂੰ ਤਿਆਰ ਕਰਨਾ ਚਾਹੀਦਾ, ਤਾਂ ਕਿ ਕੱਲ੍ਹ ਨੂੰ ਆਉਣ ਵਾਲੇ ਇਹਨਾਂ ਸਥਾਨਾਂ ਬਾਰੇ, ਔਰ ਸਿੱਖੀ ਦੇ ਧਰਮ ਬਾਰੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਬਾਰੇ, ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੰਦੇਸ਼ ਮਨੁੱਖਤਾ ਤੱਕ ਪਹੁੰਚਾਇਆ ਜਾ ਸਕੇ। ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲਾਂ ਕਰਕੇ। ਜਾਂਦੇ ਜਾਂਦੇ ਇੱਕ ਗੱਲ ਜ਼ਰੂਰ ਕਵਾਂਗੇ ਕਿ ਸਰ ਭਜਨ ਸਿੰਘ ਜੀ ਅਟਵਾਲ ਜੀ ਤੁਹਾਡੇ ਕੋਲੋਂ ਸਤਿਗੁਰੂ ਸੇਵਾ ਲੈ ਰਹੇ ਨੇ, ਤੇ ਜੇ ਮਨ ਨਾਲ ਚਿੱਤ ਨਾਲ ਸੇਵਾ ਕਰਦੇ ਪਏ ਹੋ, ਗੁਰੂ ਤੁਹਾਨੂੰ ਬਖਸ਼ਿਸ਼ਾਂ ਕਰ ਰਿਹਾ। ਤੁਹਾਡੇ ਜਿਹੜੇ ਸਹਿਯੋਗੀ ਨੇ, ਮੈਂ ਉਹਨਾਂ ਦਾ ਵੀ ਧੰਨਵਾਦ ਕਰਾਂਗਾ, ਕਿਉਂਕਿ ਬਿਨਾਂ ਸਹਿਯੋਗ ਤੋਂ, ਬਿਨਾਂ ਟੀਮ ਤੋਂ ਕਿਸੇ ਵੀ ਕੰਮ ਨੂੰ ਸਫਲਤਾ ਹਾਸਲ ਕਰਨੀ ਬਹੁਤ ਔਖੀ ਹੁੰਦੀ ਹੈ। ਸੋ ਮੈਂ ਸਮਝਦਾ ਕਿ ਜਾਂਦੀ ਵਾਰੀ ਤੁਸੀਂ ਆਪਣੀ ਟੀਮ ਦਾ ਵੀ ਧੰਨਵਾਦ ਕਰੋਗੇ, ਕਿਉਂਕਿ ਤੁਹਾਡੀ ਟੀਮ ਨੇ, ਤੁਹਾਡੇ ਵਿੱਚੋਂ ਜਿਹੜੇ ਬੰਦੇ ਤੁਹਾਡੇ ਨਾਲ ਸਹਿਯੋਗੀ ਨੇ, ਉਹਨਾਂ ਵਿੱਚੋਂ ਤੁਹਾਨੂੰ ਸਾਰਿਆਂ ਦਾ ਸਾਥ ਮਿਲਦਾ, ਸਾਰਿਆਂ ਦਾ ਪਿਆਰ ਮਿਲਦਾ, ਸੰਗਤਾਂ ਦਾ ਪਿਆਰ ਮਿਲਦਾ,
ਸੋ ਕਿਸੇ ਦਾ ਵਿਸ਼ੇਸ਼ ਧੰਨਵਾਦ ਕਰਨਾ ਚਾਹੁੰਦੇ ਹੋ ਤਾਂ ਬਹੁਤ ਅੱਛਾ ਲੱਗੇਗਾ। ਚਲੋ ਜੀ, ਮੈਂ ਆਪਣੇ ਜਿਹੜੀ ਆਪਣੇ ਐਗਜ਼ੀਕਿਊਟਿਵ ਕਮੇਟੀ ਬਣੀ ਉਹਨਾਂ ਵਿੱਚ ਆਪੋ ਆਪਣੀਆਂ ਸਾਰੀਆਂ ਡਿਊਟੀਆਂ ਲੱਗੀਆਂ ਹੈਗੀਆਂ। ਉਹਨਾਂ ਵਿੱਚ ਮਤਲਬ 2006 ਤੋਂ ਹੁਣ ਤੱਕ ਜਿਹੜੇ ਆਪਣੇ ਆਏ ਆ, ਮੈਂ ਸਾਰਿਆਂ ਦੇ ਮੈਂ ਤਾਂ ਕਹਿੰਦਾ ਮੈਂ ਇੰਨਾ ਸਤਿਕਾਰ ਉਹ ਕਰਦੇ ਆ, ਇੰਨਾ ਸਤਿਕਾਰ ਕਰਦੇ ਆ, ਪਰ ਮੈਂ ਵੀ ਉਹਨਾਂ ਦਾ ਸਤਿਕਾਰ ਮੇਰੇ ਮਨ ਵਿੱਚ ਹੀ ਬਹੁਤ ਆ, ਰਲ ਮਿਲ ਕੇ ਕਰਦੇ ਹਾਂ ਉਹਨਾਂ ਉਹਨਾਂ ਦਾ ਧੰਨਵਾਦ। ਅੱਜ ਕੱਲ੍ਹ ਜੋ ਹੈਗਾ ਮਲਤੀਕਾ, ਹੁਣ ਮਤਲਬ ਆਪਾਂ ਤਾਂ ਹੱਥੀਂ ਸੇਵਾ ਕਰ ਸਕਦੇ ਹਾਂ ਜਾਂ ਵਿਚਾਰ ਵਟਾਂਦਰਾ ਕਰ ਸਕਦੇ ਹਾਂ ਜਾਂ ਆਪਣਾ ਟਾਈਮ ਦੇ ਸਕਦੇ ਹੈਗੇ ਹਾਂ। ਅੱਜ ਕੱਲ੍ਹ ਜੇ ਟੈਕਨੋਲੋਜੀ ਉਹ ਪੜ੍ਹਿਆ ਲਿਖਿਆ ਦੀ ਹੈਗੀ ਆ, ਮੈਂ ਸਾਰੀਆਂ ਸੁਸਾਇਟੀਆਂ ਨੂੰ ਬੇਨਤੀ ਕਰਦਾ ਕਿ ਨੌਜਵਾਨ ਵਿੱਚ ਜਿਹੜੇ ਤੁਹਾਡੇ ਨਾਲ ਆਪਣੇ ਨਾਲ ਮਿਲ ਕੇ ਸੇਵਾ ਕਰ ਸਕਦੇ ਹਨ ਉਹਨਾਂ ਨੂੰ ਗੁਰਦੁਆਰੇ ਵਿੱਚ ਸੇਵਾਵਾਂ ਬਖਸ਼ੋ। ਗਾਂ ਹੁਣ ਆਪਣਾ ਟਾਈਮ ਗਾਂ ਜਾਣ ਦਾ ਆ ਰਿਹਾ ਅਤੇ ਇਸ ਕਰਕੇ ਮਤਲਬ ਗਾਂ ਜਿਹੜੀਆਂ ਸੇਵਾਵਾਂ ਹੈਗੀਆਂ ਟੈਕਨੋਲੋਜੀ ਬਦਲ ਚੁੱਕੀ ਆ ਅਤੇ ਜੋ ਕੰਪਿਊਟਰ 'ਤੇ ਜੋ ਵੀ ਚੀਜ਼ ਹੈਗੀ ਅੱਜ ਕੱਲ੍ਹ ਦੇਖੀ ਜਾਂਦੀ ਹੈ ਕਰ ਜਾਂਦੇ ਆ, ਅਤੇ ਗਾਂ ਦੀ ਗਾਂ ਜ਼ਰੂਰ ਉਹਨਾਂ ਵਿੱਚ ਉਹਨਾਂ ਦੀ ਸ਼ਮੂਲੀਅਤ ਵਿੱਚ ਕਰੋ, ਮੈਂ ਇਹ ਬੇਨਤੀ ਕਰਦਾ। ਅਤੇ ਜੋ ਨੌਜਵਾਨ ਕੰਮ ਕਰ ਸਕਦੇ ਹਨ ਪਰ ਹਾਂ ਰਲ ਕੇ ਆਸ ਵਿੱਚ ਪਿਆਰ ਦੇ ਨਾਲ ਜੋ ਵੀ ਕੰਮ ਕਰਨਾ ਗੁਰਦੁਆਰਾ ਸਾਹਿਬ ਵਿੱਚ, ਪਹਿਲਾਂ ਤਾਂ ਨੀਵੇਂ ਹੋ ਕੇ ਸੇਵਾ ਕਰਨੀ ਚਾਹੀਦੀ ਹਰ ਇੱਕ ਨੂੰ ਵੀ, ਕਦੀ ਵੀ ਹੰਕਾਰ ਵਿੱਚ ਨਹੀਂ ਹੋਣਾ ਚਾਹੀਦਾ ਮੈਂ ਇੰਨੇ ਸਾਲ। ਅਤੇ ਦੂਜਾ ਇੱਕ ਮੇਰੇ ਮਨ ਵਿੱਚ ਹੁੰਦਾ ਵੀ ਜਦੋਂ ਆਪਾਂ 5-7 ਆਦਮੀ ਆਪਣੇ ਪ੍ਰਧਾਨ ਸਾਹਿਬ ਕਹਿਣ ਲੱਗ ਪੈਂਦੇ, ਸਾਡੇ ਵਿੱਚ ਥੋੜ੍ਹਾ ਜਿਹਾ ਮਨ ਸਾਡੇ ਉੱਪਰ ਚੱਲ ਜਾਂਦਾ ਹੈਗਾ। ਪਰ ਅੱਜ ਤੋਂ ਮੈਂ ਦੱਸਦਾ 20-25 ਸਾਲ ਪਹਿਲਾਂ ਕੋਈ ਵੀ ਆਦਮੀ ਪ੍ਰਧਾਨ ਸਾਹਿਬ ਨਹੀਂ ਕਹਿੰਦੇ, ਮੁੱਖ ਸੇਵਾਦਾਰ ਕਹਿੰਦੇ ਹੁੰਦੇ ਸੀ। ਇਸ ਕਰਕੇ ਇਹ ਮੇਰੀ ਆਪਣੀ ਮਨ ਦੀ ਤਮੰਨਾ, ਮੇਰੀ ਵੱਲੋਂ ਭਾਵੇਂ ਜੋ ਮਰਜ਼ੀ ਲਿਖੋ, ਪ੍ਰੈਜੀਡੈਂਟ ਸਾਹਿਬ ਲਿਖੋ, ਪ੍ਰਧਾਨ ਸਾਹਿਬ ਲਿਖੋ, ਜੋ ਮਰਜ਼ੀ ਲਿਖੋ, ਮੈਂ ਇੱਥੇ ਕੋਈ ਦੋ ਚਾਰ ਨਹੀਂ ਕਰ ਰਿਹਾ। ਮੈਂ ਇਹ ਕਹਿੰਦਾ ਵੀ ਆਪਾਂ ਨੀਵੇਂ ਹੋ ਕੇ ਸੇਵਾ ਕਰਨੀ ਚਾਹੀਦੀ ਜਿੰਨੀ ਵਾਪਸ ਸੇਵਾ ਕਰਦੇ ਹਾਂ। ਸੋ ਤੁਹਾਡੇ ਸਰਭਜਨ ਸਿੰਘ ਜੇਟਵਾਲ ਜੀ, ਤੁਹਾਡੀ ਸਰਭਜਨ ਸਿੰਘ ਜੇਟਵਾਲ ਜੀ ਤੁਹਾਡੀ ਗੱਲ ਜਿਹੜੀ ਹੈ ਬਹੁਤ ਦਰਸ਼ਕਾਂ ਤੱਕ ਪਹੁੰਚ ਚੁੱਕੀ ਹੈ ਕਿ ਸੇਵਾਦਾਰ ਬਣ ਕੇ ਸੇਵਾ ਕਰਨੀ ਚਾਹੀਦੀ ਹੈ ਔਰ ਨੌਜਵਾਨ ਪਨੀਰੀ ਨੂੰ ਨਾਲ ਜੋੜਨਾ ਚਾਹੀਦਾ ਹੈ ਔਰ ਨਵੀਂ ਪਨੀਰੀ ਜਿਹੜੀ ਹੈ ਬੱਚਿਆਂ ਨੂੰ ਜਿਹੜਾ ਆਪਣੇ ਕੌਮ ਵਾਸਤੇ ਤਿਆਰ ਕਰਨਾ ਚਾਹੀਦਾ। ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ, ਆਪਣੇ ਦਰਸ਼ਕਾਂ ਵੱਲੋਂ ਤੁਹਾਡਾ ਧੰਨਵਾਦ, ਚੜ੍ਹਦੀ ਕਲਾ ਟਾਈਮ ਟੀਵੀ ਨੌਰਥ ਅਮਰੀਕਾ ਦੀ ਪੂਰੀ ਟੀਮ ਵੱਲੋਂ, ਸਿੱਖੀ ਚੈਨਲ ਦੀ ਟੀਮ ਵੱਲੋਂ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਔਰ ਅੱਜ ਸਾਡੇ ਨਾਲ ਗੱਲਾਂ ਕੀਤੀਆਂ। ਗੁਰੂ ਕਿਰਪਾ ਕਰੇ ਤੁਸੀਂ ਇੱਦਾਂ ਹੀ ਸੇਵਾਵਾਂ ਵਿੱਚ ਆਪਣੇ ਆਪ ਨੂੰ ਸਮਰਪਿਤ ਰੱਖੋ, ਗੁਰੂ ਤੁਹਾਡੇ ਕੋਲ ਜ਼ਿੰਦਗੀ ਦੇ ਅੰਤਲੇ ਸਵਾਸਾਂ ਤੱਕ ਇਹ ਸੇਵਾ ਲੈਂਦਾ ਰਹੇ ਔਰ ਸੰਗਤ ਦਾ ਪਿਆਰ ਮਿਲਦਾ ਰਹੇ, ਗੁਰੂ ਸਾਹਿਬ ਦੀਆਂ ਸਿੱਖਸਾਂ ਮਿਲਦੀਆਂ ਰਹਿਣ, ਤੋ ਤੁਹਾਡੀ ਕਾਮਯਾਬੀ ਵਾਸਤੇ ਅਰਦਾਸ ਕਰਾਂਗੇ। ਤੋ ਦਰਸ਼ਕੋ, ਅੱਜ ਲਵਾਂਗੇ ਇਜਾਜ਼ ਸਰਭਜਨ ਸਿੰਘ ਜੀ ਅਟਵਾਲ ਜਿਹੜੇ ਕਿ ਸਾਡੇ ਨਾਲ ਜੁੜੇ ਹੋਏ ਨੇ, ਜਿਹੜੇ ਕਿ ਪ੍ਰਧਾਨ ਦੀ ਸੇਵਾ ਨਿਭਾ ਰਹੇ ਨੇ, ਮੁੱਖ ਸੇਵਾਦਾਰ ਦੀ ਸੇਵਾ ਨਿਭਾ ਰਹੇ ਨੇ, ਜਿਹੜੇ ਕਿ ਆਪਣਾ ਨਿਊ ਵੈਸਟ ਮਿਨਿਸਟਰ ਬ੍ਰਿਟਿਸ਼ ਕੋਲੰਬੀਆ ਦੇ ਅੰਦਰ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਵੀ ਨੇ ਤੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰ ਰਹੇ ਨੇ, ਲੰਬਾ ਸਮਾਂ ਕੀਤਾ ਹੈ, ਗੁਰੂ ਕਿਰਪਾ ਕਰੇ ਇੱਦਾਂ ਹੀ ਸਾਡੇ ਪ੍ਰਬੰਧ ਦੇ ਵਿਚਕਾਰ ਬਿਹਤਰੀ ਆਵੇ। ਸੋ ਆਪਣਾ ਖਿਆਲ ਰੱਖਿਓ, ਅਗਲੇ ਐਪੀਸੋਡ ਦੇ ਵਿਚਕਾਰ ਇੱਕ ਨਵੇਂ ਮਹਿਮਾਨ ਦੇ ਨਾਲ ਫਿਰ ਮਿਲਾਂਗੇ ਤੁਹਾਨੂੰ, ਤੇ ਤੁਹਾਡਾ ਵੀ ਧੰਨਵਾਦ ਤੇ ਅਟਵਾਲ ਸਾਹਿਬ ਦਾ ਵੀ ਧੰਨਵਾਦ। ਸੋ ਆਪਣਾ ਧਿਆਨ ਰੱਖਿਓ, ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।